ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਤਮਾਮ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਪਾਇਨਰ ਤੋਂ ਅੱਜ ਸਾਡੇ ਨਾਲ ਡਾਕਟਰ ਰਵੀ ਗਰਗ ਜੀ, ਗੀਤਾਂਜਲੀ ਜੀ ਇਸ ਵਕਤ ਇਸ ਮੰਚ ਤੇ ਮੌਜੂਦ ਨੇ। ਸਭ ਤੋਂ ਪਹਿਲੀ ਵੱਡੀ ਖਬਰ ਇਹਨਾਂ ਨੇ ਕੈਨੇਡਾ ਤੋਂ ਆ ਕੇ 15 ਦਿਨ ਪਹਿਲਾਂ ਨਸ਼ਰ ਕੀਤੀ, ਸਾਂਝੀ ਕੀਤੀ ਹੈ। ਉਹ ਵਿਦਿਆਰਥੀ ਪਲੀਜ਼ ਧਿਆਨ ਨਾਲ ਸੁਣ ਲਓ, ਤੁਸੀਂ ਆਪ, ਤੁਹਾਡੇ ਦੋਸਤ, ਮਿੱਤਰ ਜਾਂ ਕੋਈ ਕੈਨੇਡਾ ਦੇ ਵਿੱਚ ਬੈਠਾ ਉਹਨਾਂ ਤੱਕ ਇਹ ਮੈਸੇਜ, ਸੁਨੇਹਾ ਜ਼ਰੂਰ ਪਹੁੰਚਾਓ ਕਿ ਪੜ੍ਹਾਈ ਦੇ ਨਾਲ ਖਿਲਵਾੜ ਕਰਨ ਵਾਲੇ ਬੱਚਿਆਂ ਲਈ ਹੁਣ ਕੈਨੇਡਾ ਦੇ ਵਿੱਚ ਕਿਸੇ ਵੀ ਤੌਰ ਦੇ ਨਾ ਵਰਕ ਪਰਮਿਟ ਹੈ ਨਾ PR ਹੈ। ਵਜ੍ਹਾ ਕੀ ਹੈ ਕਿ ਜਿਹੜੇ ਵਿਦਿਆਰਥੀ ਜਾਂਦੇ ਸੀਗੇ ਔਰ ਆਪਣੀ ਪੜ੍ਹਾਈ ਜਿਹੜੀ ਹੈਗੀ ਹੈ ਸੁਚੱਜੇ ਢੰਗ ਦੇ ਨਾਲ ਰੈਗੂਲਰ ਨਿਰੰਤਰ ਜਿਹੜੀ ਉਹ ਪਾਸ ਨਹੀਂ ਸੀ ਕਰਦੇ, ਬ੍ਰੇਕ ਡਾਊਨ ਕਰਦੇ ਸੀ। ਇੱਕ ਸਮੈਸਟਰ ਕਰ ਲਿਆ, ਫਿਰ ਐਕਸਟੈਂਸ਼ਨ ਲੈ ਲਈ, ਕਦੇ ਡੈਫਰਟ ਲੈ ਲਈ, ਕਦੇ ਚੇਂਜ ਲੈ ਲਿਆ, ਕਦੇ ਫੀਸ ਵਾਪਸ ਲੈ ਕੇ ਦੂਜੇ 'ਚ ਚਲੇ ਗਏ। ਰੈਗੂਲਰ ਜੇ ਪੜ੍ਹਾਈ ਤੁਸੀਂ ਨਹੀਂ ਕਰਦੇ ਤਾਂ ਤੁਹਾਡਾ ਜਿਹੜਾ ਕੈਨੇਡਾ ਦੇ ਵਿੱਚ ਪੱਕੇ ਹੋਣ ਦਾ ਵਰਕ ਪਰਮਿਟ ਲੈਣ ਦਾ ਸੁਪਨਾ ਪੂਰਾ ਨਹੀਂ ਹੋਏਗਾ। ਇਹ ਸ਼ੋਅ ਇਹਦੇ ਨਾਲ ਨਾਲ ਘੁੰਮੇਗਾ। ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਔਰ ਬਹੁਤ ਸਾਰੀਆਂ ਖੁਸ਼ਖਬਰੀਆਂ ਵੀ ਨੇ। ਦਿੱਕਤਾਂ ਇਹ ਕਹਿ ਰਹੇ ਕਿ ਜਿਹੜੇ ਵਿਦਿਆਰਥੀ ਇੱਥੋਂ ਗਲਤ ਏਜੰਟਾਂ ਦੇ ਰਾਹੀਂ ਘੱਟ ਲੋ ਪਰਸੈਂਟੇਜ ਲੋ ਬੈਂਡ ਜਾਂ ਇੱਕ ਤੁੱਕੇ ਰਾਹੀਂ ਉੱਥੇ ਪਹੁੰਚੇ ਨੇ ਬਿਨਾਂ ਲਿਆਕਤ ਤੋਂ, ਉਹਨਾਂ ਵਾਸਤੇ ਖਤਰੇ ਦੀ ਘੰਟੀ ਹੈ। ਔਰ ਜਿਹੜੇ ਵਿਦਿਆਰਥੀ ਸਹੀ ਕੰਸਲਟੈਂਟਸ, ਸਹੀ ਚੋਣ ਕਾਲਜ ਕੋਰਸ ਦੀ ਕਰਕੇ ਗਏ ਨੇ, ਉਹਨਾਂ ਵਾਸਤੇ ਕੈਨੇਡਾ ਦੇ ਵਿੱਚ ਇਸ ਵਕਤ ਕਾਫੀ ਸਾਰੀਆਂ ਨਵੀਆਂ ਚੀਜ਼ਾਂ, ਨਵੀਆਂ ਪਾਲਿਸੀਆਂ ਬਣੀਆਂ। ਬੱਚੇ ਕੰਮ ਕਰ ਰਹੇ ਨੇ ਔਰ ਖੁਸ਼ੀ ਖੁਸ਼ੀ ਜਿਹੜੀ ਜ਼ਿੰਦਗੀ ਕੱਟ ਰਹੇ ਨੇ ਆਪਣੀ, ਉਹਨਾਂ ਵਾਸਤੇ ਅਸੀਂ ਗੀਤਾਂਜਲੀ ਜੀ ਨੂੰ ਸੱਦਾ ਦਿੱਤਾ ਜੋ ਕਿ ਕੈਨੇਡਾ ਤੋਂ ਸਾਡੇ ਨਾਲ ਇਸ ਵਕਤ ਸਪੈਸ਼ਲ ਜੁੜੇ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਵੀ ਸਵਾਗਤ ਹੈ ਗੀਤਾਂਜਲੀ, ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਸੰਧੂ ਸਾਹਿਬ, ਸੋ ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਉਹੀ ਚੀਜ਼ ਚਾਹੂੰਗਾ ਕਿ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਦੱਸੀਏ ਸੀ ਕਿ ਬੱਚੇ ਖਿਲਵਾੜ ਕਰਦੇ ਨੇ ਪੜ੍ਹਾਈ ਦੇ ਨਾਲ, ਜ਼ਿੰਦਗੀ ਦੇ ਨਾਲ, ਪਰਿਵਾਰ ਦੇ ਨਾਲ, ਆਪਣਾ ਪਲਾਨਿੰਗਸ ਦੇ ਨਾਲ। ਬਿਲਕੁਲ। ਸੋ ਕਿਸ ਤਰ੍ਹਾਂ ਹੁਣ ਇੱਕ ਵਿਦਿਆਰਥੀ ਨੂੰ ਪੜ੍ਹਾਈ ਕਰਨੀ ਪਏਗੀ ਉੱਥੇ ਜਾ ਕੇ? ਦੇਖੋ ਸੰਤੂ ਸਾਹਿਬ, ਇੱਕ ਮੈਂ ਇੱਗਜ਼ਾਮਪਲ ਹੈ ਵੀ ਸਾਫ਼ ਰਸਤਾ ਹੈਗਾ, ਫਰਸ਼ ਹੈਗਾ, ਪੱਧਰ ਬਿਲਕੁਲ ਸਾਫ਼ ਹੈਗਾ ਅਤੇ ਆਪਾਂ ਭਾਵੇਂ ਨਾ ਅਹਿਤਿਆਤ ਵਰਤੀਏ, ਬਗੈਰ ਚੱਪਲ ਤੋਂ ਚੱਲਾਂਗੇ, ਲੇਕਿਨ ਜੇ ਕੰਢੇ ਹੈਗੇ ਨੇ ਅਤੇ ਬਿਲਕੁਲ ਧਿਆਨ ਨਾਲ ਚੱਲਣਾ ਪੈਣਾ ਹੈਗਾ। ਸੋ ਹੁਣ ਜਿਹੜਾ ਹੈ ਅੰਬੈਸੀ ਜਿਹੜੀ ਹੈਗੀ ਹੈ, ਬੜੇ ਮਈ 2009 ਤੋਂ SPP ਇੰਡੀਆ ਵਾਸਤੇ ਖਾਸ ਤੌਰ 'ਤੇ ਪ੍ਰਮੋਟ ਕੀਤਾ ਕੈਨੇਡਾ ਨੇ, ਬੜਾ ਖਾਸ ਇੱਕ ਖੁਸ਼ਖਬਰੀ, ਬੜੀ ਵਧੀਆ ਗੱਲ ਸੀਗੀ। ਸਾਰਿਆਂ ਨੂੰ ਪਤਾ ਕੈਨੇਡਾ ਖੁੱਲ੍ਹਾ ਬੜੇ ਸਾਲਾਂ ਤੋਂ ਅਤੇ ਬਹੁਤ ਜ਼ਿਆਦਾ ਸਟੂਡੈਂਟਸ ਪਹੁੰਚ ਚੁੱਕੇ ਨੇ ਆਲਰੇਡੀ, ਅਤੇ ਹੁਣ ਵੀ ਕੋਈ ਪ੍ਰੋਬਲਮ ਨਹੀਂ ਹੈ। ਕੈਨੇਡਾ ਬਹੁਤ ਦਿਲ ਖੋਲ੍ਹ ਕੇ ਵੈਲਕਮ ਕਰਦਾ ਪਿਆ ਔਰ 95% ਸਕਸੈਸ ਰੇਟ, ਬਹੁਤ ਜ਼ਿਆਦਾ ਵੀਜ਼ੇ ਲੱਗਦੇ ਪਏ, ਬੱਚੇ ਜਾ ਰਹੇ ਹੈ। ਲੇਕਿਨ ਇਹ ਤਾਂ ਗੱਲ ਜਾਇਜ਼ ਹੀ ਹੈ ਕਿ ਰਿਸਟ੍ਰਿਕਸ਼ਨ ਰੱਖਣੀ, ਜੈਨੂਅਨ ਰੂਲਸ ਦੇ ਉੱਪਰ ਕੰਮ ਕਰਨਾ। ਅਦਰਵਾਈਜ਼ ਸਟੂਡੈਂਟ, ਜਿੱਦਾਂ ਤੁਸੀਂ ਦੱਸਿਆ ਸੰਤੋਸ਼ ਸਾਹਿਬ, ਇਹ ਸੀਗਾ ਕਿ 2 ਸਾਲ ਦਾ ਕੋਰਸ ਲੈ ਕੇ ਗਏ, 4-4, 6-6 ਸਾਲਾਂ 'ਚ ਪੂਰਾ ਕਰਦੇ ਸੀ। ਇੱਕ ਸਮੈਸਟਰ ਪੜ੍ਹਿਆ, 2 ਸਮੈਸਟਰ ਛੁੱਟੀਆਂ, ਕੰਮ ਕਰ ਲਿਆ, ਟਰੱਕ ਚਲਾ ਲਿਆ, ਫਿਰ ਇੱਕ ਸਮੈਸਟਰ ਪੜ੍ਹ ਲਿਆ, 4-4 ਸਾਲ ਵਿੱਚ 2 ਸਾਲ ਦਾ ਕੋਰਸ ਪੂਰਾ ਕੀਤਾ। ਅੰਬੈਸੀ ਨੂੰ ਸਾਰੀਆਂ ਰਿਪੋਰਟਾਂ, ਇਹ ਗੱਲ ਤਾਂ ਸ਼ੁਰੂ ਤੋਂ ਚੱਲਦੀ ਪਈ ਸੀ ਵੀ ਅੰਬੈਸੀ ਨੇ SPP ਸਟੂਡੈਂਟ ਪਾਰਟਨਰਸ ਪ੍ਰੋਗਰਾਮ ਇੰਨਾ ਖੁੱਲ੍ਹਾ ਕੀਤਾ, ਬਹੁਤ ਜ਼ਿਆਦਾ ਵੀਜ਼ੇ ਲੱਗੇ, ਅੱਛੇ ਰੂਲਸ ਬਣਾਏ, ਸੌਖੇ ਰੂਲ ਬਣਾਏ। ਲੇਕਿਨ ਉਹਨਾਂ ਨੂੰ ਮੰਨਦੇ ਆ ਕਿ ਨਹੀਂ ਇਸ ਗੱਲ ਦੇ ਉੱਪਰ, ਕਾਲਜਾਂ ਨੂੰ ਦੱਸਿਆ ਕਿ ਸਾਨੂੰ ਰਿਪੋਰਟ ਰੈਗੂਲਰ ਬੇਸਿਸ 'ਤੇ ਪੇਸ਼ ਕੀਤੀ ਜਾਵੇ। ਅਤੇ ਉਸ ਤੋਂ ਉਹਨਾਂ ਨੇ ਇਹ ਚੱਕਿਆ ਕਿ ਬੜੇ ਸਾਰੇ ਬੱਚੇ ਇਸ ਤਰ੍ਹਾਂ ਗੜਬੜ ਕਰਦੇ ਸੀ, ਧਿਆਨ ਨਾਲ ਪੜ੍ਹਾਈ ਨਹੀਂ ਕਰਦੇ ਸੀਗੇ, ਅਤੇ ਇਹ ਰੂਲ ਅੰਬੈਸੀ ਦੀ ਵੈਬਸਾਈਟ 'ਤੇ ਬਿਲਕੁਲ ਲਿਖਿਆ ਹੋਇਆ ਹੈ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਦੀ ਐਲੀਜੀਬਿਲਟੀ ਕੀ ਹੈ, ਕੌਣ ਲੈ ਸਕਦਾ। ਜਿਨ੍ਹਾਂ ਨੇ ਮੰਨ ਲਓ ਕਿ 2 ਸਾਲ ਦਾ ਕੋਰਸ ਆ, ਰੈਗੂਲਰ ਪੜ੍ਹਿਆ ਹੋਵੇ, ਆਪਣੀ ਮਰਜ਼ੀ ਨਾਲ ਕੋਈ ਬ੍ਰੇਕ ਨਾ ਲਿੱਤਾ ਹੋਵੇ, ਇਹ ਬੜਾ ਸਟ੍ਰਿਕਟ ਰੂਲ ਹੈ ਵੈਸੇ। ਲੇਕਿਨ ਜਿਹੜੇ ਪੜ੍ਹਨ ਵਾਲੇ ਬੱਚੇ, ਉਹਨਾਂ ਵਾਸਤੇ ਤਾਂ ਕੋਈ ਤਕਲੀਫ ਨਹੀਂ, ਕਿਉਂਕਿ ਉਹ ਜਾ ਹੀ ਪੜ੍ਹਨ ਵਾਸਤੇ ਰਹੇ ਨਹੀਂ। ਗੱਲ ਮੁੱਕਦੀ ਇਹ ਕਿ ਆਪਣੀ ਮਰਜ਼ੀ ਨਾਲ ਬ੍ਰੇਕ ਨਹੀਂ ਲੈ ਸਕਦੇ, ਆਪਣੀ ਮਰਜ਼ੀ ਨਾਲ ਆਫ ਨਹੀਂ ਲੈ ਸਕਦੇ,
ਲਗਾਤਾਰ ਪੜ੍ਹਾਈ ਕਰਨੀ ਪੈਣੀ ਆ। ਅਗਰ ਕਾਲਜ ਨੇ ਕੋਈ ਬ੍ਰੇਕ ਦਿੱਤੀ ਹੈ, ਸ਼ਡਿਊਲਡ ਬ੍ਰੇਕ ਜਿਹਨੂੰ ਕਹਿੰਦੇ ਆ, ਸ਼ਡਿਊਲਡ ਆਫ ਕੀਤਾ ਹੈਗਾ ਵੀ ਇਹ ਦੋ ਸਮੈਸਟਰ ਪੜ੍ਹਨੇ, ਤੀਜਾ ਸਮੈਸਟਰ ਆਫ ਹੈ, ਫਿਰ ਜਿਹੜਾ ਹੈ ਅਗਲੇ ਸਮੈਸਟਰ ਦੇ ਵਿੱਚ ਤੀਜਾ ਸਮੈਸਟਰ ਹੋਏਗਾ, ਇੱਕ 4 ਮਹੀਨੇ ਦੀ ਛੁੱਟੀਆਂ ਨੇ ਕਾਲਜ ਵੱਲੋਂ। ਸੋ ਉਹ ਅਲਾਊਡ ਹੈਗੀਆਂ, ਉਹਦੇ ਵਿੱਚ ਫੁੱਲ ਟਾਈਮ ਵਰਕ ਵੀ ਬੱਚਾ ਕਰ ਸਕਦਾ ਆਪਣੀ ਮਰਜ਼ੀ ਨਾਲ, ਕੋਈ ਤਕਲੀਫ ਨਹੀਂ ਹੈ। ਅਤੇ ਅਦਰਵਾਈਜ਼ ਆਫ ਲਿੱਤਾ ਅਤੇ ਉਹ ਖਤਰਾ ਆ ਜਾਏਗਾ, ਪੋਸਟ ਗ੍ਰੈਜੂਏਟ ਵਰਕ ਪਰਮਿਟ ਸਟੱਡੀ ਹੋ ਜਾਏਗੀ। ਲੇਕਿਨ ਜਦੋਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਾਂਗੇ ਅਤੇ ਫਿਰ ਦਿੱਕਤ ਆਏਗੀ। ਇਸੇ ਤਰੀਕੇ ਨਾਲ ਹੋਰ ਜਿਹੜੀਆਂ ਨੇ, ਮੰਨ ਲਓ ਕਿ ਇੱਕ ਇੰਟੇਕ 'ਚ ਬੱਚਾ ਗਿਆ, ਕਾਲਜ ਚੇਂਜ ਕਰਦਾ ਪਿਆ, ਉਸ ਇੰਟੇਕ 'ਚ ਕਿਤੇ ਔਫਰ ਲੈਟਰ ਨਹੀਂ ਮਿਲੀ ਐਡਮਿਸ਼ਨ, ਆਮ ਤੌਰ 'ਤੇ ਦੇਖਿਆ ਗਿਆ ਹੈਗਾ ਕਿ ਅਗਲੇ ਇੰਟੇਕ ਦੇ ਵਿੱਚ ਲੈ ਲਈ। ਸੋ ਬੜੇ ਸਾਰੇ ਉੱਥੇ ਖਾਸ ਤੌਰ 'ਤੇ ਕੈਨੇਡਾ ਦੇ ਵਿੱਚ ਕੰਸਲਟੈਂਟ ਨੇ ਉਹਨਾਂ ਨੂੰ, ਕਿਉਂਕਿ ਕਿਸੇ ਕਾਲਜ ਵਿੱਚ ਮੰਨ ਲਓ ਕਿ ਅਸੀਂ ਭੇਜਿਆ ਅੱਜ ਦੀ ਇਹ ਜਿਹੜੀ ਕਰੰਟ ਇਨਟੇਕ ਦੇ ਵਿੱਚ, ਜਿਹੜਾ ਕਮਿੰਗ ਇਨਟੇਕ ਦੇ ਵਿੱਚ ਬੱਚੇ ਦੇ ਵਾਸਤੇ ਵੀਜ਼ਾ ਲੱਗ ਗਿਆ, ਅਤੇ ਦੂਜੇ ਕੰਸਲਟੈਂਟ ਨੂੰ ਕੰਟੈਕਟ ਕੀਤਾ ਅਤੇ ਉਹਨੂੰ ਉਹ ਸਾਡੇ ਵਾਲੇ ਕਾਲਜ ਵਿੱਚੋਂ ਬੈਨੀਫਿਟ ਨਹੀਂ ਹੋਣਾ, ਨੈਚੁਰਲੀ ਉਹਨੂੰ ਚੇਂਜ ਕਰਾ ਦੇਗਾ ਕਿਸੇ ਹੋਰ ਕਾਲਜ ਤੋਂ, ਉਹਨੂੰ ਦੁਬਾਰਾ ਐਡਮਿਸ਼ਨ ਆ ਜਾਣੀ ਹੈ, ਬਿਲਕੁਲ ਠੀਕ ਹੈ, ਉਹਨੂੰ ਬੈਨੀਫਿਟ ਹੋਏਗਾ। ਉਸਨੇ ਜਿਹੜੀਆਂ ਉਹਦੀਆਂ ਬਾਅਦ 'ਚ ਆਉਣ ਵਾਲੀਆਂ ਅੜਚਨਾ ਨੇ ਉਹਦੇ ਬਾਰੇ ਬੱਚੇ ਨੂੰ ਨਹੀਂ ਦੱਸਣਾ, ਕਿਸੇ ਹੋਰ ਕਾਲਜ 'ਚ ਅਗਲੇ ਇਨਟੇਕ ਦੇ ਵਾਸਤੇ ਐਡਮਿਸ਼ਨ ਕਰਾ ਦੇਣੀ ਹੈ। ਉਲਟੇ ਪੁਲਟੇ ਤਰੀਕੇ ਨਾਲ ਬੱਚੇ ਨੂੰ ਵਰਗਲਾ ਲੈਣਾ ਅਤੇ ਔਫਰ ਲੈਟਰ ਲੈ ਦੇਣੀ ਆ, ਬੱਚੇ ਨੇ ਵੀ ਇਹ ਕਿ ਵੀ ਕਿਸੇ ਰਿਸ਼ਤੇਦਾਰ ਦੇ ਨੇੜੇ ਜਾ ਰਿਹਾ ਜਾਂ ਉੱਥੇ ਕੰਮ ਜ਼ਿਆਦਾ, ਇਹ ਛੋਟੇ ਛੋਟੇ ਲਾਲਚਾਂ ਕਰਕੇ ਕਾਲਜ ਬਦਲ ਲਿਆ, ਅਗਲੇ ਇਨਟੇਕ ਦੇ ਵਿੱਚ ਚਲੇ ਗਏ ਅਤੇ ਅਗਲੇ ਪੜ੍ਹਾਈ ਸ਼ੁਰੂ ਕਰ ਲਈ। ਲੇਕਿਨ ਉਹ ਜਿਹੜਾ ਇਨਟੇਕ ਦਾ 4 ਮਹੀਨੇ ਗੈਪ ਪਿਆ ਔਰ ਪੜ੍ਹਾਈ ਨਹੀਂ ਕੀਤੀ ਬੱਚੇ ਨੇ, ਇਨਸਿਨਸੀਅਰਟੀ ਸ਼ੋ ਹੁੰਦੀ ਪਈ ਹੈ, ਉਹ ਬਾਅਦ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਾ ਮਿਲਿਆ ਤਾਂ ਫਿਰ ਬੜਾ ਖਤਰੇ ਵਾਲਾ ਕੰਮ ਹੋਇਆ। ਜੀ ਮੈਮ, ਤੁਸੀਂ ਵੀ ਉੱਥੇ ਰਹੇ, ਕਾਫੀ ਲੰਮਾ ਸਮਾਂ ਰਹਿ ਰਹੇ ਹੋ ਔਰ ਵਿਦਿਆਰਥੀਆਂ ਦੇ ਨਾਲ ਵਿਚਰਦੇ ਹੋ, ਸਪੈਸ਼ਲੀ ਤੁਸੀਂ ਪਾਇਨਰ ਦਾ ਜਿਹੜਾ ਦਫ਼ਤਰ ਵੀ ਉੱਥੇ ਦੇਖ ਰਹੇ ਹੋ, ਵੱਖ ਵੱਖ ਤਰ੍ਹਾਂ ਦੇ ਬੱਚੇ ਤੁਹਾਡੇ ਕੋਲ ਸਲਾਹ ਲੈਣ ਆਉਂਦੇ ਨੇ। ਇਸ ਤੋਂ ਇਲਾਵਾ ਇੱਕ ਤਾਂ ਹੈਗਾ ਕਿ ਡੈਫਰਡ ਲੈਣਾ ਜਾਂ ਐਕਸਟੈਂਸ਼ਨ ਲੈਣੀ ਜਾਂ ਪੜ੍ਹਾਈ ਸਮੇਂ ਸਿਰ ਪੂਰੀ ਨਾ ਕਰਨੀ, ਅੱਗੋਂ ਨੇ ਵਧਾਈ ਜਾਣਾ। ਇਸ ਤੋਂ ਇਲਾਵਾ ਜਿਹੜੇ ਬੱਚੇ ਹੁਣ ਜਾ ਰਹੇ ਨੇ, ਕਿਉਂਕਿ 17-18 'ਚ ਬਹੁਤ ਵੱਡਾ ਰਸ਼ ਗਿਆ ਹੈਗਾ, ਕੀ ਗਲਤੀ ਕਰ ਰਿਹਾ ਪੰਜਾਬੀ ਸਟੂਡੈਂਟਸ, ਕਿਉਂਕਿ ਫਿਰ 3 ਸਾਲ ਬਾਅਦ ਅਸੀਂ ਭੰਡੀ ਕਿਹਦੀ ਕਰਨੀ ਹੈ, ਕੈਨੇਡਾ ਦੀ, ਕੈਨੇਡਾ 'ਚ ਰਸ਼ ਹੋ ਗਿਆ ਜੀ, ਮੈਨੂੰ PR ਨਹੀਂ ਮਿਲੀ, ਹੈ ਨਾ, ਤਾਂ ਸਟੂਡੈਂਟ ਕੀ ਗਲਤੀ ਕਰ ਰਿਹਾ? ਸਟੂਡੈਂਟਸ ਅਸੀਂ ਜੋ ਜ਼ਿਆਦਾਤਰ ਦੇਖਦੇ ਹਾਂ, ਸਾਨੂੰ ਕੰਟੈਕਟ ਕਰਦੇ ਆ ਬੱਚੇ, ਅਸੀਂ ਇਹੀ ਦੇਖਦੇ ਹਾਂ ਕਿ ਇੱਕ ਜਿਵੇਂ ਰਵੀ ਜੀ ਨੇ ਦੱਸਿਆ ਕਿ ਕਾਲਜ ਚੇਂਜ ਕਰਨਾ, ਕਿਉਂਕਿ ਉਹ ਕਹਿੰਦੇ ਕਿ ਕਿੱਥੇ ਫਰੈਂਡਸ ਨੇ, ਦੂਸਰੇ ਕਾਲਜ ਦੇ ਨਜ਼ਦੀਕ ਰਹਿੰਦੇ ਨੇ, ਜਾਂ ਇੱਕ ਕਾਲਜ 'ਚ 5 ਦਿਨ ਕਲਾਸਾਂ ਲੱਗਦੀਆਂ ਪਈਆਂ, ਇੱਕ ਕਾਲਜ 'ਚ 2 ਦਿਨ ਕਲਾਸਾਂ ਲੱਗਦੀਆਂ ਪਈਆਂ। ਪਰ ਇਸ ਵੇਲੇ ਤਾਂ ਹੁਣ ਗੌਰਮੈਂਟ ਵੀ ਜਿਹੜੇ ਕਾਲਜ 'ਚ 2-2 ਦਿਨ ਕਲਾਸਾਂ ਲੱਗ ਰਹੀਆਂ ਨੇ, ਉਹ ਵਾਲੇ ਜਿਹੜੇ ਸੈਟੇਲਾਈਟ ਉਹਨਾਂ ਦੇ ਹੈਗੇ ਨੇ ਕੈਂਪਸ, ਉਹਨਾਂ ਨੂੰ ਕਲੋਜ਼ ਕਰ ਰਹੀ ਹੈ, ਜਲਦੀ ਹੀ ਹੋ ਜਾਣੇ ਨੇ, ਮੇਰੇ ਕੋਲ ਸੈਪਟੈਂਬਰ 2018 'ਚ ਬੰਦ ਹੋ ਜਾਣੇ, ਹਾਂਜੀ ਸੈਪਟੈਂਬਰ 2019 'ਚ ਬੰਦ ਹੋ ਜਾਣੇ ਨੇ। ਅਤੇ ਉਹ ਇਸੇ ਕਰਕੇ ਕਰ ਰਹੇ ਨੇ ਕਿਉਂਕਿ ਬੱਚੇ ਉੱਥੇ 5 ਦਿਨ ਜਾਂਦੇ ਨਹੀਂ, ਬਾਕੀ ਕਾਲਜਾਂ 'ਚ ਟ੍ਰਾਂਸਫਰ ਉੱਧਰ ਜਾਂਦੇ ਨੇ, ਉਹਦੇ ਨਾਲ ਕੀ ਹੈ ਕਿ ਸਮਟਾਈਮ ਸੇਮ ਸਮੈਸਟਰ ਉਹਨਾਂ ਨੂੰ ਮਿਲਦਾ ਨਹੀਂ, ਉਹ ਡਰੋਪ ਕਰ ਦਿੰਦੇ ਨੇ। ਔਰ ਬੱਚਿਆਂ ਨੂੰ ਇਹ ਅਵੇਅਰਨੈਸ ਨਹੀਂ ਹੈ ਕਿ ਵੀ ਜੇ ਉਹ ਜਿਵੇਂ ਰਵੀ ਜੀ ਦੱਸਦੇ ਪਏ ਨੇ ਕਿ ਸਕੈਡੂਅਲ ਬ੍ਰੇਕ ਨਹੀਂ ਹੈ ਔਰ ਤੁਸੀਂ ਰੈਗੂਲਰ ਪੜ੍ਹਾਈ ਕਾਲਜ ਦੇ ਅਕੋਰਡਿੰਗਲੀ ਨਹੀਂ ਕੀਤੀ, ਔਰ ਜਿਹੜੇ ਬੱਚੇ ਜਾ ਕੇ ਡਰੋਪ ਕਰ ਲਿਆ ਔਰ ਨੈਕਸਟ ਸਮੈਸਟਰ 'ਚ ਐਡਮਿਸ਼ਨ ਲੈ ਲਈ, ਉਹਨਾਂ ਨੂੰ ਕਾਲਜ ਨੇ ਕੁਛ ਨਹੀਂ, ਉਹਨਾਂ ਨੇ ਫੀਸ ਲੈ ਲੈਣੀ ਇੰਟਰਨੈਸ਼ਨਲ ਫੀਸ, ਪੜ੍ਹਾਈ ਸਾਰੀ ਕੰਪਲੀਟ ਕਰ ਲੈਣੀ। ਪਰ ਜਦੋਂ ਉਹਨਾਂ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ, ਉਹਨਾਂ ਨੇ ਰਿਫਿਊਜ਼ ਕਰ ਦੇਣਾ ਕਿ ਦੈਟ ਯੂ ਹੈਵ ਨੋਟ ਡਨ ਯੂਅਰ ਐਜੂਕੇਸ਼ਨ ਕੰਟੀਨਿਊਸਲੀ, ਠੀਕ ਹੈ, ਤੁਸੀਂ ਡਰੋਪ ਲੈ ਲਿਆ, ਉਹਦੇ ਕਰਕੇ ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮ ਨਹੀਂ ਮਿਲਣਾ ਅਤੇ ਫਿਰ ਉਹਨੂੰ ਵਾਪਿਸ ਆਉਣਾ ਪਏਗਾ। ਜਿਵੇਂ ਤੁਸੀਂ ਹੁਣੇ ਆਪਾਂ ਗੱਲ ਕਰਦੇ ਪਏ ਸੀ ਕਿ 2 ਬੱਚੇ ਹੁਣੇ ਰੀਸੈਂਟਲੀ ਵਾਪਿਸ ਆਏ ਸਾਡੇ, ਬੜੇ ਸਾਰੇ ਸਟੂਡੈਂਟਸ ਜਿਹੜੇ ਨੇ, ਕਿਉਂਕਿ ਇੱਥੇ ਬੜੇ ਸਾਰੇ ਕੰਸਲਟੈਂਟਸ ਕੋਲ ਔਫਰ ਲੈਟਰਾਂ ਜਿਹੜੇ ਚੰਗੇ ਕਾਲਜਾਂ ਤੋਂ ਨਹੀਂ ਮਿਲਦੀਆਂ ਪਈਆਂ, ਅਤੇ ਕੁਛ ਬੱਚੇ ਕੁਛ ਕੰਸਲਟੈਂਟ ਜਿਹੜੇ ਨੇ, ਇਹ ਵੀ ਹੈ ਕਿ ਪ੍ਰਾਈਵੇਟ ਕਾਲਜਿਸ ਨੂੰ ਪ੍ਰਮੋਟ ਕਰ ਲਿਆ, ਉੱਥੋਂ ਔਫਰ ਲੈਟਰ 2-3 ਦਿਨਾਂ ਦੇ ਵਿੱਚ ਆ ਗਈ, ਲਿਖ ਦਿੰਦੇ ਨੇ ਐਡਵਰਟਾਈਜਮੈਂਟ, ਗੈਟ ਔਫਰ ਲੈਟਰ ਇਨ 3 ਡੇਜ਼, ਅਤੇ ਉੱਥੋਂ ਪ੍ਰਾਈਵੇਟ ਕਾਲਜਿਸ ਜਿੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ,
ਸੋ ਉਹ ਉੱਥੋਂ ਆਫਰ ਲੈਟਰ ਤੇ ਆ ਗਈ ਔਰ ਪਹਿਲੀ ਗੱਲ ਤਾਂ ਵੀਜ਼ਾ ਦੇ ਚਾਂਸ ਘੱਟ ਹੋਣਗੇ, ਵੀਜ਼ਾ ਲੱਗ ਗਿਆ ਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ, ਇਹੋ ਜਿਹੇ ਬੜੇ ਸਾਰੇ ਸਟੂਡੈਂਟ ਮੈਡਮ। ਮੈਮ ਗਤਾਂਜਲੀ ਇੱਕ ਹੋਰ ਬੱਚਿਆਂ ਦਾ ਸਵਾਲ ਹੈ, ਮਈ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੇ ਰਿਜ਼ਲਟ ਆ ਗਏ ਪੋਜ਼ਿਟਿਵ, ਵੀਜ਼ਾ ਆ ਗਿਆ, ਖੁਸ਼ੀ ਹੋਈ, ਬਟ ਜਦੋਂ ਕਾਲਜ ਨਾਲ ਕੰਟੈਕਟ ਕਰ ਰਹੇ ਹੋ ਕਹਿੰਦੇ ਮਈ ਦੀ ਸੀਟ ਨਹੀਂ, ਹੁਣ ਸੈਪਟੈਂਬਰ 'ਚ ਆਪਣਾ ਕੋਰਸ ਜਿਹੜਾ ਹੈਗਾ ਸਟਾਰਟ ਕਰੋ, ਕੀ ਇਹਨਾਂ ਬੱਚਿਆਂ ਨੂੰ ਵੀ ਪ੍ਰਭਾਵ ਪੈ ਸਕਦਾ ਆ, ਇਹ ਬੱਚਿਆਂ ਨੂੰ ਕਿਵੇਂ ਹੈਂਡਲ ਕਰੇਗਾ? ਇਹ ਬੱਚਿਆਂ ਨੂੰ ਇਸ ਤਰ੍ਹਾਂ ਹੈਗਾ ਕਿ ਜੇ ਉਹ ਬੱਚੇ ਨੇ ਉੱਥੇ ਹੀ ਰਹਿਣਾ ਅਗਰ ਕੈਨੇਡਾ 'ਚ, ਤਾਂ ਉਹਨੂੰ ਕੋਈ ਨਾ ਕੋਈ ਕਾਲਜ ਤਾਂ ਜੁਆਇਨ ਕਰਨਾ ਨਹੀਂ, ਬੱਚਾ ਜਾਂਦਾ ਹੀ ਨਹੀਂ ਜੇ ਫੋਰ ਐਗਜ਼ਾਮਪਲ ਹੈ ਇੰਡੀਆ ਹਲੇ, ਜਾਊਗਾ ਹੀ ਸੈਪਟੈਂਬਰ ਦੇ ਵਿੱਚ, ਉਹ ਕੋਈ ਉਹਨੂੰ ਕੋਈ ਪ੍ਰੋਬਲਮ ਨਹੀਂ, ਉਹਨੂੰ ਕੋਈ ਪ੍ਰੋਬਲਮ ਨਹੀਂ, ਅਗਰ ਉਹਨੂੰ ਸੈਪਟੈਂਬਰ ਦੀ ਆਫਰ ਲੈਟਰ ਮਿਲ ਰਹੀ ਹੈ ਕਾਲਜ, ਫਿਰ ਕੋਈ ਦਿੱਕਤ ਨਹੀਂ, ਫਿਰ ਉਹਨੂੰ ਕੋਈ ਪ੍ਰੋਬਲਮ ਨਹੀਂ, ਉਹਦਾ ਵੀਜ਼ੇ ਦੀ ਵੈਲਿਡਿਟੀ ਲੰਬੀ ਹੁੰਦੀ ਹੈ, ਉਹਨੇ ਕੋਲ ਕਾਲਜ ਦੀ ਉਹ ਈਮੇਲ ਵੀ ਹੋਏਗੀ ਕਿ ਉਹ ਮਈ 'ਚ ਕਿਉਂ ਨਹੀਂ ਆਇਆ, ਕਿਉਂਕਿ ਉਹ ਪੋਰਟ ਆਫ ਐਂਟਰੀ 'ਤੇ ਜਦੋਂ ਉਹਨੇ ਕੈਨੇਡਾ ਪਹੁੰਚਣਾ ਉੱਥੇ ਅਗਰ ਆਫਿਸਰ ਪੁੱਛਦਾ ਵੀ ਹੈ ਤਾਂ ਉਹਨੂੰ ਆਪਣੇ ਸਾਰੇ ਪਰੂਫ ਨਾਲ ਲੈ ਕੇ ਜਾਣੇ ਚਾਹੀਦੇ, ਉਹ ਕਿਉਂ ਲੇਟ ਆ ਰਿਹਾ, ਕਿਸ ਕਾਰਨ 'ਚ ਉਹਨੇ ਮਈ ਇਨਟੇਕ ਨਹੀਂ ਜੁਆਇਨ ਕੀਤਾ, ਸਾਰੇ ਪਰੂਫ ਨਾਲ ਲੈ ਕੇ ਜਾਣੇ। ਗੀਤਾਂਜਲੀ ਜੀ, ਇੱਕ ਹੋਰ ਵੱਡਾ ਇਸ਼ੂ ਕੈਨੇਡਾ ਦੇ ਵਿੱਚ ਜਿਹੜਾ ਸਾਡੇ ਤੱਕ ਪਹੁੰਚ ਰਿਹਾ, ਸ਼ਾਇਦ ਤੁਹਾਨੂੰ ਵੀ ਉੱਥੇ ਇਸ ਚੀਜ਼ ਦਾ ਇਲਮ ਹੋਵੇ, ਬੱਚਾ ਐਸ ਪੀ ਪੀ ਦੇ ਲਈ ਕਿਸੇ ਅਣਜਾਣ ਕੰਸਲਟੈਂਟਸ ਕੋਲ ਜਾਂਦਾ, ਉਹ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਤੁਹਾਨੂੰ ਫਾਈਲ ਫੜਾਤੀ, ਮੈਨੂੰ ਫੜਾਤੀ, ਉੱਧਰ ਫੜਾਤੀ, ਵੀਜ਼ਾ ਆ ਗਿਆ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ, ਬੱਚੇ ਦੀ ਪਹਿਲੀ ਤਮੰਨਾ ਸੀ ਕਿਤੇ ਹੋਰ ਜਾਣ ਦੀ, ਉਹ ਕਹਿੰਦਾ ਤੂੰ ਪਹੁੰਚ ਮੈਂ ਤੈਨੂੰ ਕਰਵਾ ਦਿੰਦਾ, ਫਿਰ ਉਹ ਜਾ ਕੇ ਪ੍ਰਾਈਵੇਟ ਕਾਲਜ ਦੇ ਵਿੱਚ ਆਪਣੀ ਦਾਖਲਾ ਕਰਾਉਂਦਾ, ਜਿਹੜੀ ਰਵੀ ਜੀ ਨਾਲ ਸਵਾਲ ਸੀਗਾ, ਸਵਾਲ ਇਹ ਨਹੀਂ ਕਿ ਉੱਧਰ ਬੈਠੇ ਕਰਵਾ ਰਹੇ ਨੇ, ਇੱਧਰ ਵਾਲੇ ਵੀ ਕਰਵਾਈ ਜਾਂਦੇ ਨੇ, ਪ੍ਰਾਈਵੇਟ ਕਾਲਜ ਦੇ ਵਿੱਚ ਉਹ ਵਿਚਾਰਾ ਵੈਬਸਾਈਟ 'ਤੇ, ਇਹ ਮੈਨੂੰ ਬੱਚੇ ਮਿਲੇ ਸੀ, ਮੈਂ ਰਿਐਲਿਟੀ ਤੁਹਾਨੂੰ ਦੱਸ ਰਿਹਾ ਕੈਨੇਡਾ ਦੇ ਵਿੱਚ ਟ੍ਰਿਪ ਦੇ ਵਿੱਚ, ਬੱਚੇ ਟੱਕਰਾਂ ਮਾਰਦੇ ਨੇ ਵੈਬਸਾਈਟ 'ਤੇ, ਕੋਈ ਇਲਮ ਨਹੀਂ ਹੈ ਮੈਨੂੰ ਵਰਕ ਪਰਮਿਟ ਮਿਲਣਾ ਨਹੀਂ ਮਿਲਣਾ, ਉਹ ਅੱਗੇ ਫਿਰ ਹਾਈ ਕਮਿਸ਼ਨ ਨੂੰ ਗੱਲ ਕਰਦੇ ਆ, ਉਹਨਾਂ ਵੱਲੋਂ ਵੀ ਕਿਸੇ ਤਰ੍ਹਾਂ ਦਾ ਕੋਈ ਸਾਫ਼ ਜਵਾਬ ਜਿਹੜਾ ਹੈਗਾ ਨਹੀਂ ਮਿਲ ਰਿਹਾ, ਕਿਉਂਕਿ ਕਾਲਜਾਂ ਨੇ ਕੁਛ ਕਾਲਜ ਕੋਰਸਿਸ ਨੇ ਉਹ ਰਜਿਸਟਰਡ ਕਰਾਏ ਹੋਏ ਡੀ ਐਲ ਆਈ, ਅਤੇ ਕੁਛ ਨਹੀਂ ਹੈਗੇ ਉਹਨਾਂ ਦੇ ਕੋਲ, ਸੋ ਜਿਹੜੇ ਪ੍ਰਾਈਵੇਟ ਕਾਲਜਸ ਨੇ ਡੀ ਐਲ ਆਈ ਨੰਬਰ ਹੈ, ਕੀ ਅੱਖਾਂ ਬੰਦ ਕਰਕੇ ਦਾਖਲਾ ਲੈ ਲਈਏ, ਉੱਥੇ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਪਏਗਾ ਸਾਨੂੰ? ਡੀ ਐਲ ਆਈ ਨੰਬਰ ਦਾ ਮਤਲਬ ਇਹ ਹੈ ਕਿ ਉਹਨਾਂ ਕਾਲਜਸ ਨੂੰ ਡੀ ਐਲ ਆਈ ਨੰਬਰ ਦਿੱਤਾ ਕਿ ਉਹਨਾਂ 'ਚ ਇੰਟਰਨੈਸ਼ਨਲ ਸਟੂਡੈਂਟ ਪੜ੍ਹ ਸਕਦੇ, ਸਿਰਫ ਪੜ੍ਹ ਸਕਦੇ, ਵਰਕ ਪਰਮਿਟ ਦਾ ਤਾਂ ਕੋਈ, ਵਰਕ ਪਰਮਿਟ ਦਾ ਵੀ ਉਹਨਾਂ ਨੇ ਹੁਣ ਵੈਬਸਾਈਟ 'ਤੇ ਪ੍ਰੋਪਰ ਦਿੱਤਾ ਹੈ ਕਿਹੜੇ ਕਾਲਜ ਨੂੰ, ਕੁਛ ਪ੍ਰਾਈਵੇਟ ਕਾਲਜਿਸ ਦੇ ਕੁਛ ਕੋਰਸਿਸ ਨੂੰ ਵਰਕ ਪਰਮਿਟ ਵੀ ਮਿਲ ਰਿਹਾ, ਉਹ ਸਾਨੂੰ ਉਹਨਾਂ ਨੂੰ ਪ੍ਰੋਪਰ ਕੰਸਲਟੈਂਟ ਦੇ ਨਾਲ, ਇਸੇ ਲਈ ਅਸੀਂ ਕਹਿੰਦੇ ਹਾਂ ਕਿ ਜਦੋਂ ਤੁਸੀਂ ਆਪਣੀ ਸਟੱਡੀ ਵੀਜ਼ਾ ਦੀ ਫਾਈਲ ਲਗਾਉਣੀ ਹੈ, ਸਿਰਫ ਵੀਜ਼ੇ ਪਰਪਸ ਲਈ ਨਹੀਂ, ਤੁਸੀਂ ਉਹਨੂੰ ਪੀ ਆਰ ਤੱਕ ਲਈ ਆਪਣੀ ਪਹਿਲਾਂ ਹੀ ਮੈਨੇਜ ਕਰੋ, ਆਪਣੇ ਇੱਕ ਚੰਗਾ ਕੰਸਲਟੈਂਟ ਹਾਇਰ ਕਰੋ ਔਰ ਇੱਦਾਂ ਦਾ ਕੰਸਲਟੈਂਟ ਲਓ ਤਾਂ ਕਿ ਸ਼ੁਰੂ ਤੋਂ ਉਹਨੂੰ ਫਾਈਲ ਦਾ ਪਤਾ ਹੋਵੇ, ਤੁਹਾਨੂੰ ਉਹਨੇ ਕੈਨੇਡਾ 'ਚ ਜਾ ਕੇ ਵੀ ਜਿਹੜੀ ਪ੍ਰੋਬਲਮ ਆਉਂਦੀ ਉਹਨੂੰ ਵੀ ਤੁਹਾਡਾ ਉਹ ਦੇਖ ਸਕੇ ਔਰ ਉਸ ਤੋਂ ਬਾਅਦ ਤੁਹਾਨੂੰ ਪੀ ਆਰ ਲਈ ਵੀ ਗਾਈਡ ਕਰ ਸਕੇ, ਪੀ ਆਰ ਤੱਕ ਇੱਕ ਪ੍ਰੋਪਰ ਕੰਸਲਟੈਂਟ ਨੂੰ ਹਾਇਰ ਕਰਕੇ ਰੱਖੋ ਔਰ ਡੀ ਐਲ ਆਈ ਦਾ ਨੰਬਰ ਦਾ ਮਤਲਬ ਇਹੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਤੁਸੀਂ ਉੱਥੇ ਐਡਮਿਸ਼ਨ ਲੈ ਸਕਦੇ। ਇੱਕ ਸਵਾਲ ਤੁਹਾਨੂੰ, ਇੱਕ ਚੀਜ਼ ਹੈ ਕਿ ਜਿਹੜੀ ਸੰਤੋਸ਼ ਸਾਹਿਬ ਤੁਸੀਂ ਗੱਲ ਚੱਕੀ, ਇਹ ਤਾਂ ਬਿਲਕੁਲ ਕਨਫਰਮਡ ਪ੍ਰੋਪਰ ਉੱਥੇ ਜਿਹੜੀ ਐਮਬੈਸੀ ਦੀ ਵੈਬਸਾਈਟ 'ਤੇ ਨਾ ਜੀ ਸੰਤੋਸ਼ ਸਾਹਿਬ, ਕੋਈ ਲਕੋ ਨਹੀਂ ਇਹਦੇ ਵਿੱਚ, ਥੋੜ੍ਹਾ ਪੜ੍ਹਨ ਵਾਲਾ ਹੋਣਾ ਚਾਹੀਦਾ, ਬਿਲਕੁਲ ਸਾਫ਼ ਜਾਣਕਾਰੀ ਦਿੱਤੀ ਹੋਈ। ਹੁਣ ਹੋ ਗਈ ਡਾਕਟਰ ਸਾਹਿਬ, ਇਹ ਸੈਪਟੈਂਬਰ 2017 ਦੀ ਗੱਲ ਕਰ ਰਹੇ ਹਾਂ ਅਸੀਂ, ਆਪ ਖੁਦ ਵੀ ਦੇਖੀ ਸੀ ਵੈਬਸਾਈਟ, ਵੈਬਸਾਈਟ ਤੋਂ ਨੰਬਰ ਲੈ ਕੇ ਕਾਲ ਵੀ ਕੀਤੀ ਗਈ ਸੀ, ਪਰ ਉਹਨਾਂ ਨੇ ਕੋਈ ਮਤਲਬ ਰਾਹ ਨਹੀਂ ਪਾਇਆ, ਉਸ ਤੋਂ ਬਾਅਦ ਮੇਰੇ ਖਿਲਾਫ਼ ਅਪਡੇਟ ਹੋਇਆ। ਸੰਤੋਸ਼ ਸਾਹਿਬ, ਅੱਜ ਦੇ ਦਿਨ ਪ੍ਰੋਪਰ ਵੈਬਸਾਈਟ 'ਤੇ ਹੀ ਸਾਰੀ ਡਿਟੇਲ ਹੈਗੀ ਹੈ, ਉਹਨਾਂ ਨੇ ਇੱਕ ਕਾਲਮ ਵੱਖਰਾ ਬਣਾ ਦਿੱਤਾ, ਇੱਕ ਅਲੱਗ ਖਾਨਾ ਬਣਾ ਦਿੱਤਾ ਕਿ ਇਹ ਕਾਲਜ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ ਕਿ ਨਹੀਂ ਹੈਗਾ, ਯੈਸ ਅਤੇ ਨੋ ਲਿਖਿਆ, ਅਗਰ ਯੈਸ ਹੈਗਾ ਤਾਂ ਉਹਦੇ ਸਾਰੇ ਪ੍ਰੋਗਰਾਮ ਦੇ ਵਿੱਚ, ਨਹੀਂ ਤਾਂ ਉਹਦੇ ਵਿੱਚ ਲਿਖਿਆ ਹੈਗਾ ਕਿ ਫਲਾਣੇ ਫਲਾਣੇ ਕੋਰਸ ਵਾਸਤੇ, 10 ਵਿੱਚੋਂ ਇੱਕ ਮਤਲਬ ਕਿ ਬੜੇ ਘੱਟ, 100 ਵਿੱਚੋਂ 5-7 ਕਾਲਜਾਂ ਦੇ ਵਿੱਚ ਜਿਹੜਾ ਹੈਗਾ ਇਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰਾਈਵੇਟ ਕਾਲਜਾਂ ਵਿੱਚ ਹੈਗਾ, ਬਾਕੀਆਂ ਵਿੱਚ ਨਹੀਂ ਹੈਗਾ, ਬੜੇ ਘੱਟ ਕਾਲਜਾਂ, ਬੜੇ ਘੱਟ ਪ੍ਰਾਈਵੇਟ ਕਾਲਜਾਂ ਨੂੰ
ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਅਥੋਰਟੀ ਦਿੱਤੀ ਗਈ ਹੈ, ਕਿਹਨਾਂ ਨੂੰ ਦਿੱਤੀ ਗਈ ਹੈ, ਇਹ ਵੈਬਸਾਈਟ 'ਤੇ ਲਿਖਿਆ ਬਕਾਇਦਾ, ਉਹਦੇ 'ਚ ਕੋਈ ਦਿੱਕਤ ਨਹੀਂ ਹੈਗੀ, ਔਰ ਕਿਹੜੇ ਕੋਰਸਿਸ ਵਾਸਤੇ ਦਿੱਤੀ ਹੋਈ ਹੈ ਇਹ ਵੀ ਲਿਖਿਆ ਹੋਇਆ, ਕੋਈ ਦਿੱਕਤ ਨਹੀਂ ਹੈ, ਬਿਲਕੁਲ ਸਾਫ਼ ਸਾਫ਼ ਸਾਰੀ ਇਨਫੋਰਮੇਸ਼ਨ ਉੱਥੇ ਦਿੱਤੀ ਗਈ ਹੈ। ਅਗਰ ਕਿਸੇ ਨੂੰ ਨਾ ਪੜ੍ਹਨੀ ਆਵੇ ਤਾਂ ਨੈਚੁਰਲੀ ਉਹ ਫਿਰ ਸਾਡੇ ਵਰਗੇ ਕੰਸਲਟੈਂਟ ਨਾਲ ਤਸੱਲੀ ਨਾਲ ਗੱਲ ਕਰਦਾ। ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਬਈ ਪਾਇਨੀਅਰ ਇਮੀਗ੍ਰੇਸ਼ਨ ਬਾਰੇ ਸਾਰਿਆਂ ਨੂੰ ਪਤਾ ਵੀ ਹੈ, ਮੇਰੀ ਜਨਰਲ ਡਿਕਲੇਰੇਸ਼ਨ ਹੈ, ਮੈਂ ਜ਼ਿੰਮੇਵਾਰ ਹਾਂ, 1% ਵੀ ਮਿਸਗਾਈਡੈਂਸ ਦਾ ਸਵਾਲ ਹੀ ਨਹੀਂ ਹੁੰਦਾ ਰੱਬ ਨੂੰ ਹਾਜ਼ਰ ਮੰਨ ਕੇ, ਬਿਲਕੁਲ ਸਾਫ਼ ਸੁਥਰੀ ਗੱਲ, ਔਰ ਸਾਹਮਣੇ ਲਿਖੀ ਹੈ, ਗਲਤ ਕਿਵੇਂ ਕਰੂਗਾ। ਅਤੇ ਨੈਚੁਰਲੀ ਮਿਸਗਾਈਡੈਂਸ ਤੋਂ ਬਚਣਾ ਪੈਣਾ, ਸਹੀ ਕੰਸਲਟੈਂਟ ਜਿੱਦਾਂ ਕਿ ਤਾਂ ਜੀ ਮੈਨੂੰ ਨੇ ਕਿਹਾ ਇਹ ਭਲੇ ਬੁਰੇ ਦਾ ਤਾਂ ਆਪਾਂ ਨੂੰ ਖਿਆਲ ਕਰਨਾ। ਡਾਕਟਰ ਸਾਹਿਬ ਇੱਕ ਸਵਾਲ ਸਾਂਝਾ ਤੁਹਾਡੇ ਲਈ ਵੀ, ਮੈਡਮ ਲਈ ਵੀ, ਆਂਸਰ ਮਿਲਣਾ ਬਹੁਤ ਜ਼ਰੂਰੀ ਹੈ ਇਸ ਵਕਤ, ਕਿਉਂਕਿ ਤੁਸੀਂ ਇੱਥੇ ਡੀਲ ਕਰਦੇ ਹੋ, ਕੈਨੇਡਾ ਜਾਂਦੇ ਰਹਿੰਦੇ ਹੋ, ਮੈਮ ਉੱਧਰ ਬੈਠੇ ਨੇ ਗੀਤਾਂਜਲੀ ਜੀ। ਅਸੀਂ ਸ਼ੋਅ ਤੋਂ ਪਹਿਲਾਂ 2 ਮਿੰਟ ਗੱਲ ਕੀਤੀ, ਮੇਰੇ ਕੋਲ 2 ਬੱਚੇ ਇੱਕ ਹਫ਼ਤੇ ਦੇ ਵਿੱਚ ਆਏ, ਮੈਂ ਪਿਛਲੇ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀ ਇੱਕ ਦਿਨ ਕਿ ਬੱਚੇ ਡਰੋਪ ਆਊਟ ਕਰਕੇ ਪੜ੍ਹਾਈ ਛੱਡ ਕੇ ਇੱਥੇ ਵਾਪਸ ਆ ਗਏ, ਕਿਸੇ ਵੀ ਕਾਰਨ ਫੇਲ ਹੋ ਗਏ, ਸਮਝ ਨਹੀਂ ਆਇਆ, ਕਾਲਜ ਦੂਰ ਸੀ, ਠੀਕ ਨਹੀਂ ਲੱਗਿਆ। ਕੁਛ ਬੱਚੇ ਮੈਮ ਨੇ ਮੈਨੂੰ ਆ ਕੇ ਦੱਸਿਆ ਜੀ, ਇੱਕ +2 ਦਾ 18 ਸਾਲ ਦਾ ਬੱਚਾ, ਮੇਰੇ ਕੋਲ ਤੁਸੀਂ ਦੱਸਿਆ ਕਿ 16 ਮਹੀਨੇ ਦੀ ਪੜ੍ਹਾਈ ਦੇ ਵਿੱਚ ਉਹਨੇ ਜੀ 2-2 ਜੋਬਸ ਕੀਤੀਆਂ, ਹੈ ਨਾ, ਮਤਲਬ ਕਾਮਯਾਬ ਹੋ ਗਿਆ, ਸਕਸੈਸ ਹੋ ਗਿਆ। ਮੇਰਾ ਸਵਾਲ ਇਹ ਹੈ, ਕੰਸਲਟੈਂਟਸ ਦਾ ਵੀ ਕੋਈ ਰੋਲ ਹੁੰਦਾ ਹੈ ਬੱਚੇ ਦੀ ਕਾਮਯਾਬੀ ਔਰ ਨਾਕਾਮਯਾਬੀ ਦੇ ਵਿੱਚ, ਜਾਂ ਕੋਈ ਬੱਚੇ ਦਾ ਆਪਣਾ ਰੋਲ ਹੈਗਾ, ਜਾਂ ਕਾਲਜ ਕੋਈ ਠੀਕ ਟ੍ਰੀਟ ਨਹੀਂ ਕਰ ਰਿਹਾ, ਕਿਹੜੀ ਚੀਜ਼ ਐਸੀ ਹੈ ਕਿ ਇੱਕ ਬੱਚਾ ਉਸੇ ਪੰਜਾਬ ਤੋਂ ਉਸੇ ਫਲਾਈਟ 'ਚ ਜਾ ਕੇ ਬਹੁਤ ਜ਼ਿਆਦਾ ਕਾਮਯਾਬ ਹੋ ਰਿਹਾ, ਇੱਕ ਵਾਪਸ ਆ ਜਾਂਦਾ 2 ਸਾਲ ਬਾਅਦ, ਕਿੱਥੇ ਕਮੀ ਹੈ? ਦੇਖੋ ਸੰਤੂ ਸਾਹਿਬ, ਇਹਦਾ ਇੱਕ ਬੜਾ ਸੌਖਾ ਹੈ ਜਵਾਬ ਦਿੰਦਾ। ਆਪਣੇ ਇਸ ਵਕਤ ਤਕਰੀਬਨ 9 ਆਫਿਸਿਸ ਨੇ ਇੰਡੀਆ ਦੇ ਵਿੱਚ, ਔਰ ਉਸ ਦੇ ਵਿੱਚ ਅੱਜ ਵੀ 10 ਬੰਦੇ ਦੇ ਦਿਓ, ਮੈਂ ਅੱਜ 10 ਬੰਦੇ ਅੱਡ ਅੱਡ ਆਫਿਸਾਂ 'ਚ ਇੰਪਲਾਈ ਕਰ ਦੂੰਗਾ, ਰੱਖ ਦੂੰਗਾ ਸਟਾਫ ਮੈਂਬਰ, ਔਰ 1-2 ਬੰਦੇ ਰੋਜ਼ ਹੀ ਦੂਜੇ ਤੀਜੇ ਦਿਨ ਅਸੀਂ ਕੱਢੀ ਦੇਣੀ, ਮਤਲਬ ਰੱਖਦੇ ਵੀ ਹੈ ਕੱਢਦੇ ਵੀ ਹੈ, ਕੀ ਮਤਲਬ ਹੈ? ਉਹਨਾਂ ਦੀ ਮੈਂਟੈਲਿਟੀ 'ਚ ਨੁਕਸ ਹੈ, ਕੰਮ ਨਹੀਂ ਕਰਨਾ, ਚੱਜ ਨਾਲ ਨਹੀਂ ਕਰਨਾ, ਔਰ ਜਿਹਨੂੰ ਕਹਿੰਦੇ ਆ ਕਿ ਪੰਜਾਬੀ ਭਾਸ਼ਾ 'ਚ ਡਰਾਮੇ ਕਰਨੇ ਆ, ਨਖਰੇ ਕਰਨੇ ਆ, ਸਹੀ ਤਰੀਕੇ ਨਾਲ ਲਾਈਫ ਨੂੰ ਦੀ ਦਾ ਉਹਨਾਂ ਦਾ ਨਜ਼ਰੀਆ ਹੀ ਗਲਤ ਹੈਗਾ। ਸੋ ਇਹ ਜਿਹੜੀ ਹੈ ਸੀਰੀਅਸ, ਮੁਕਤੀ ਕਰੋ ਦਾ ਜਿਹੜਾ ਇੱਕ ਵਰਡ, ਵੀ ਹੈਵ ਟੂ ਬੀ ਸੀਰੀਅਸ। ਉਸੇ ਤਰ੍ਹਾਂ ਕੰਸਲਟੈਂਟ ਦੀ ਗੱਲ ਕਰੀਏ, ਅੱਜ ਰੱਬ ਦੀ ਦਿਆ ਨਾਲ ਤੁਹਾਡੇ ਮਾਣ ਕਰਕੇ, ਸਟੂਡੈਂਟਸ ਦੇ ਪੇਰੈਂਟਸ ਦੇ ਮਾਣ ਕਰਕੇ ਵਨ ਆਫ ਦਾ ਟੋਪ ਫਿਊ ਹੈਗਾ, ਸੀਰੀਅਸਲੀ ਕੰਮ ਕਰੀਦਾ, ਉਹਨੂੰ ਕੋਈ ਖੇਡ ਸਮਝ ਕੇ, ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ, ਕਰੀਅਰ ਦਾ ਸਵਾਲ ਹੈ, ਵੀ ਹੈਵ ਟੂ ਬੀ ਕੇਅਰਫੁਲ। ਸੋ ਜਿਹੜੇ ਕੰਸਲਟੈਂਟ ਨਹੀਂ ਕੇਅਰ ਕਰਨਗੇ, ਠੱਗੀਆਂ ਮਾਰਨਗੇ, ਉਹ ਤਾਂ ਅੱਜ ਨਹੀਂ ਤਾਂ 6 ਮਹੀਨੇ ਸਾਲ ਬਾਅਦ ਉੜ ਹੀ ਜਾਣੇ ਆ, ਖਰਾਬ ਹੋਣਾ ਹੀ ਆ, ਕੰਮ ਫੇਲ ਹੋ ਹੀ ਜਾਣਾ। ਸੋ ਇਸੇ ਤਰ੍ਹਾਂ ਬੱਚਿਆਂ ਦੀ ਜਿਹੜੀ ਗੱਲ ਹੈਗੀ ਹੈ ਕਿ ਜਿਹੜੇ ਬੱਚੇ ਉੱਥੇ ਜਾ ਕੇ ਲਾਈਫ ਨੂੰ ਸੀਰੀਅਸਲੀ ਲੈਂਦੇ ਨੇ, ਵੀ ਇੱਕ ਸਮੰਜਸਿਆ ਕਹਿੰਦੇ ਆ ਕਿ ਇੱਕ ਸਿਚੁਏਸ਼ਨ ਨੂੰ ਕੰਟਰੋਲ ਦੇ ਵਿੱਚ ਰੱਖਣਾ। ਅਤੇ ਇੱਕ ਛੋਟੀ ਜਿਹੜੀ ਗੱਲ ਹੈਗੀ ਹੈ, ਮੈਂ ਤਾਂ ਗੀਤਾਂਜਲੀ ਮੈਡਮ ਗੱਲ ਕਰ ਰਹੇ ਸੀ, ਵੀ ਕੈਨੇਡਾ ਗੌਰਮੈਂਟ ਦੀ ਚੰਗਿਆਈ ਹੈ, ਛੋਟੀ ਜਿਹੀ ਗੱਲ ਹੈ, ਵੀ 2 ਸਾਲ ਦਾ ਕੋਰਸ, 3 ਸਾਲ ਦਾ ਪੋਸਟ, 2 ਸਾਲ ਦਾ ਕੋਰਸ ਬੱਚੇ ਨੇ ਕਰ ਲਿਆ ਅਤੇ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਜਾਣਾ। 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਪੜ੍ਹਾਈ ਬਾਰੇ ਕੋਈ ਗੱਲ ਹੀ ਨਹੀਂ ਕਰੂਗਾ, ਸਾਰਾ ਦਿਨ ਕੰਮ ਕਰੋ ਭਾਵੇਂ 3 ਸਾਲ, ਔਰ ਉਸਦੇ ਵਿੱਚ ਥੋੜ੍ਹੀ ਜਿਹੀ ਕੰਡੀਸ਼ਨਾਂ ਮੀਟ ਕਰਨੀਆਂ, 6 ਮਹੀਨੇ ਸਾਲ ਦਾ ਕੰਮ ਕੁੰਮ ਜਾਂ ਕਰਨਾ, ਜਾਂ ਕਈ ਥਾਂ 'ਤੇ ਉਹ ਵੀ ਨਹੀਂ ਲੋੜ, ਅਤੇ ਉਹ ਕੰਡੀਸ਼ਨ ਮੀਟ ਕਰਕੇ PR ਦੀ ਫਾਈਲ ਲਾ ਦੇਣੀ, PR ਹੋ ਜਾਣੀ ਹੈ। ਸਾਰੇ ਦਾ ਬੇਸ ਕੀ ਹੈ, 2 ਸਾਲ ਦਾ ਕੋਰਸ ਪੂਰਾ ਕਰਨਾ ਜ਼ਰੂਰੀ ਹੈ, ਪਾਸ ਹੋਊਗਾ ਤਦ ਹੀ 3 ਸਾਲ ਦਾ ਵਰਕ ਪਰਮਿਟ ਮਿਲਣਾ, ਔਰ 2 ਸਾਲ ਦੀ ਪੜ੍ਹਾਈ ਵੀ ਕੀ ਚੀਜ਼ ਹੈ, ਤਕਰੀਬਨ 24 ਮਹੀਨੇ ਦਾ ਜਾਂ 2 ਸਾਲ ਦਾ ਸਟੱਡੀ ਪਰਮਿਟ ਮਿਲਣਾ, ਗੌਰਮੈਂਟ ਨੇ ਦੇਣਾ ਵੀ ਲੈ ਵੀ ਪੜ੍ਹ ਕੇ ਦਿਖਾ ਰਿਹਾ ਤੇਰਾ ਕੋਰਸ ਪੂਰਾ ਕਰਨਾ ਹੈ। ਹੈ ਕੀ ਹੈ, 4-4 ਮਹੀਨੇ ਦੇ 4 ਸਮੈਸਟਰ ਨੇ ਪੜ੍ਹਨ ਨੂੰ, 16 ਮਹੀਨੇ ਦੀ ਪੜ੍ਹਾਈ ਹੋਈ, ਬਾਕੀ ਦਾ ਵਿੱਚ ਨੂੰ ਬ੍ਰੇਕ ਆ ਜਾਂਦੀ ਹੈ, ਛੁੱਟੀਆਂ ਹੁੰਦੀਆਂ ਨੇ, ਉਹ 16 ਮਹੀਨੇ ਦੇ ਵਿੱਚ ਵੀ ਜਿਹੜੇ 4 ਸਮੈਸਟਰ ਨੇ ਉਹਨਾਂ ਦੇ ਵਿੱਚ ਰਿਜ਼ਲਟ ਡਿਕਲੇਅਰ ਹੋਣਾ ਹੁੰਦਾ ਹੈ, ਅਤੇ 10-10 ਦਿਨ ਦੀ ਉਹਦੇ ਵਿੱਚ ਵੀ ਬ੍ਰੇਕ ਹੁੰਦੀ, 30 ਦਿਨ ਉਹ ਕੱਢ ਦਿਓ। ਸੋ ਰਹਿ ਕੇ ਕਿਹਾ, 15 ਮਹੀਨੇ ਦੀ ਪੜ੍ਹਾਈ ਹੈ, 1.5 ਸਾਲ ਦੀ ਪੜ੍ਹਾਈ ਹੈ, ਜਿਹਨੂੰ ਕਿ ਇਹ 2 ਸਾਲ ਦਾ ਸਰਟੀਫਿਕੇਟ ਦੇ ਦਿੰਦੇ, ਵੀ 2 ਸਾਲ ਦਾ ਡਿਪਲੋਮਾ ਬੱਚੇ ਨੇ ਪੜ੍ਹ ਲਿਆ ਹੈਗਾ, 2 ਸਾਲ ਦਾ ਪ੍ਰੋਗਰਾਮ ਪਾਸ ਕਰ ਲਿਆ, ਔਰ 3 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ, ਔਰ ਉਹ 2 ਸਾਲ ਦੇ ਵਿੱਚ ਵੀ 15 ਮਹੀਨੇ ਛੱਡ ਕੇ ਬਾਕੀ ਦਾ ਟਾਈਮ ਜਿਹੜਾ ਹੈ ਬੱਚੇ ਨੇ ਫੁੱਲ ਟਾਈਮ ਕੰਮ ਕਰਨਾ ਹੈਗਾ,
ਪੜ੍ਹਾਈ ਦੇ ਦੌਰਾਨ ਵੀ 20 ਆਵਰਸ ਪਰ ਵੀਕ ਜਿਹੜਾ ਹੈਗਾ ਲੀਗਲੀ ਅਲਾਊਡ ਹੈਗਾ ਕੰਮ ਕਰਨਾ। ਸੋ ਇਹ ਇੰਨਾ ਇੰਨੇ ਸੌਖੇ ਸਹੀ ਰੂਲ ਨੇ, ਹਲਕੇ ਰੂਲ ਨੇ, ਇਸ ਨੂੰ ਵੀ ਅਗਰ ਆਪਾਂ ਚੱਜ ਨਾਲ ਨਹੀਂ ਕਰਾਂਗੇ, ਮਤਲਬ 15 ਮਹੀਨੇ ਦੀ ਪੜ੍ਹਾਈ ਦੇ ਵਿੱਚ ਵੀ ਅਗਰ ਚੱਜ ਨਾਲ ਪੜ੍ਹਾਈ ਨਹੀਂ ਕੀਤੀ ਦਿਲ ਲਾ ਕੇ, ਤਾਂ ਫਿਰ ਉਹ ਬੱਚੇ ਨੂੰ ਅਸੀਂ ਗਵਰਨਮੈਂਟ ਦਾ ਕਿਸੇ ਦਾ ਕੀ ਕਸੂਰ ਕਹੀਏ, ਉਹ ਸਾਡਾ ਬਣਦਾ ਹੀ ਨਹੀਂ ਸੀ ਹੱਕ। ਫਿਰ ਜੀ ਮੈਮ ਤੁਸੀਂ ਕੀ ਕਹਿੰਦੇ, ਤੁਸੀਂ ਉੱਥੇ ਅਗਰ ਅਗਰ ਸੰਤੂ ਜੀ ਮੈਂ ਗੱਲ ਕਰਦਾ ਕਿ ਅਗਰ ਕੰਮ ਬੱਚਾ ਕਰਨਾ ਚਾਹੁੰਦਾ ਕਮਾਈ ਕਰਕੇ, ਠੀਕ ਹੈ, ਅਤੇ ਉਹਨੂੰ ਬੜਾ ਧਿਆਨ ਰੱਖਣਾ ਪੈਣਾ, ਜਾਂ ਤਾਂ ਇਹ 15 ਮਹੀਨੇ ਦੀ ਪੜ੍ਹਾਈ ਧਿਆਨ ਨਾਲ ਕਰ ਲਵੇ, ਨਾ ਕੰਮ ਕਰੇ, ਜਾਂ ਚੱਜ ਨਾ ਕਰੇ, ਥੋੜ੍ਹਾ ਹਲਕੇ ਫੁਲਕੇ ਤਰੀਕੇ ਨਾਲ ਕਰ ਲਵੇ, ਪੜ੍ਹਾਈ ਸਫਰ ਨਾ ਹੋਵੇ, ਘੱਟੋ ਘੱਟ ਪਾਸ ਚੱਜ ਨਾਲ ਹੋ ਜਾਵੇ। ਜੀ ਮੈਮ ਤੁਸੀਂ ਕੀ ਸਮਝਦੇ ਹੋ, ਪੋਜ਼ਿਟਿਵ ਨੈਗੇਟਿਵ ਕਿਉਂ ਹੈ? ਹਾਂਜੀ ਉਹਦੇ ਵਿੱਚ ਮੈਂ ਕਹਿੰਦੀ ਹਾਂ ਕੁਛ, ਜਿੱਦਾਂ ਰਵੀ ਜੀ ਨੇ ਕਿਹਾ ਬੱਚਿਆਂ ਨੂੰ ਧਿਆਨ ਦੇਣਾ ਚਾਹੀਦਾ, ਕੁਛ ਮੈਂ ਕਹਿੰਦੀ ਹਾਂ ਕਿ ਪੇਰੈਂਟਸ ਨੂੰ ਵੀ ਧਿਆਨ ਦੇਣਾ ਚਾਹੀਦਾ। ਪੇਰੈਂਟਸ ਦੇ ਕਿਸੇ ਦੇ ਦੋ ਬੱਚੇ ਨੇ, ਉਹਨਾਂ ਨੂੰ ਪਤਾ ਉਹਨਾਂ ਦੇ ਦੋਨੋਂ ਬੱਚੇ ਬਰਾਬਰ ਨਹੀਂ ਹੈ ਹਰ ਕੰਮ ਦੇ ਵਿੱਚ। ਸੇਮ ਵੇ ਅਸੀਂ ਦੇਖੀਦਾ ਉੱਥੇ ਜਿਹੜੇ ਵੀ ਬੱਚੇ ਜਾਂਦੇ ਨੇ, ਸਾਰੇ ਬੱਚੇ ਨਹੀਂ ਬਹੁਤ ਜ਼ਿਆਦਾ ਕੰਮ 'ਚ ਰੁੱਝ ਜਾਂਦੇ, ਕੁਛ ਤਾਂ ਜੋਬ ਅਪਰਚੁਨਿਟੀ ਕਈਆਂ ਨੂੰ ਨਹੀਂ ਮਿਲਦੀ, ਕੰਮ ਕਰਨ ਨੂੰ ਤਿਆਰ ਹੁੰਦੇ ਨੇ। ਅਤੇ ਇੱਥੋਂ ਪੇਰੈਂਟਸ ਕੀ ਕਹਿੰਦੇ ਨੇ ਕਿ ਉਹ ਦੇਖੋ ਸਾਡੇ ਗੁਆਂਢੀਆਂ ਦਾ ਮੁੰਡਾ ਗਿਆ ਸੀ, ਉਹ ਆਪਣੀ ਫੀਸ ਨਹੀਂ ਮੁਕਵਾ ਰਿਹਾ, ਤੁਸੀਂ ਵੀ ਨਹੀਂ। ਅਸੀਂ ਮੰਨਦੇ ਹਾਂ ਕਿ ਦੇਖੋ ਸਵਾ ਸਾਲ ਦੀ ਪੜ੍ਹਾਈ ਹੈ, 4 semesters, ਉਹ ਜੇ ਬੱਚਾ ਤੁਹਾਡਾ ਜਿੰਨਾ ਕੁ ਕੰਮ ਕਰ ਸਕਦਾ ਠੀਕ ਹੈ, ਪਰ ਬੱਚੇ ਨੂੰ ਇਹੀ ਐਡਵਾਈਸ ਕਰੋ ਕਿ ਅਕੈਡਮਿਕ ਸਕੋਰਸ ਅੱਛੇ ਲੈ ਆਵੇ, ਤਦੀ ਉਹਨੂੰ ਅੱਗੇ ਵੀ ਸੈਟਲਮੈਂਟ, ਉਹਨੂੰ ਅੱਛੀ ਜੋਬ ਲਈ, ਜਦੋਂ ਅਸੀਂ ਕੰਪੇਅਰ ਕਰਨਾ ਕਿ ਅਸੀਂ ਕਹਿੰਦੇ ਡਿਸਕ੍ਰੀਮੀਨੇਸ਼ਨ ਉੱਥੇ ਹੋ ਜਾਂਦੀ ਹੈ। ਹੁਣ ਇੱਕ ਬੱਚਾ ਉੱਥੋਂ ਦਾ ਬੱਚਾ ਬੈਠਾ ਸਿਟੀਜ਼ਨ, ਅਤੇ ਇੱਕ ਬੈਠਾ ਇੰਟਰਨੈਸ਼ਨਲ ਸਟੂਡੈਂਟ ਨੇ ਅਕੈਡਮਿਕ ਸਕੋਰ ਲੈ ਕੇ ਇੰਟਰਵਿਊ 'ਤੇ ਬੈਠਾ, ਅਤੇ ਜਿਹੜਾ ਸਿਟੀਜ਼ਨ ਬੈਠਾ ਉਹਦੇ ਅਗਰ 60% ਮਾਰਕਸ ਨੇ, ਅਤੇ ਔਰ ਆਪਣੇ ਸਟੂਡੈਂਟ ਦੇ 80% ਮਾਰਕਸ ਨੇ, ਹਰੇਕ ਇੰਪਲੋਇਰ ਇੱਕ ਅੱਛਾ ਇੰਪਲੋਈ 'ਚ ਪਾਲ ਰਿਹਾ ਹੈਗਾ, ਅਤੇ ਆਪਣੇ ਬੱਚੇ ਨੂੰ ਫਿਰ ਮਿਲੇਗੀ ਇੰਟਰਨੈਸ਼ਨਲ ਸਟੂਡੈਂਟ ਵਾਲੇ ਨੂੰ ਜੋਬ ਜਲਦੀ ਮਿਲੇਗੀ। ਸੋ ਬੱਚੇ ਨੂੰ ਵੀ ਅਤੇ ਪੇਰੈਂਟਸ ਨੂੰ ਵੀ ਇਹੀ ਦੇਣਾ ਚਾਹੀਦਾ ਹੈਗਾ, ਕਹਿੰਦਾ ਇਹ ਨਹੀਂ ਕਹਿਣ ਕਿ ਸਾਨੂੰ ਤੂੰ ਹੁਣ ਤੈਨੂੰ ਭੇਜਤਾ ਇੱਕ ਫੀਸ ਭਰਤੀ, ਬਾਕੀ ਫੀਸਾਂ ਹੁਣ ਤੂੰ ਕੱਢੀ ਜਾਈ। ਬਹੁਤ ਮੈਂਟਲੀ ਪ੍ਰੈਸ਼ਰ ਵੀ ਕਰ, ਮੈਂਟਲੀ ਪ੍ਰੈਸ਼ਰ ਉਹਦੇ ਕਰਕੇ ਕੀ ਹੁੰਦਾ, ਬੱਚੇ ਨੂੰ ਪਹਿਲੇ ਦਿਨ ਜਾਂਦੇ ਹੀ ਲੈਂਡ ਕਰਦੇ ਸਾਨੂੰ ਫੋਨ ਆਉਣੇ ਇੰਸ਼ੋਰੈਂਸ ਦੇ, ਮੈਮ ਇੱਥੇ ਤਾਂ ਸਾਨੂੰ ਨਾ ਜੋਬ ਨਹੀਂ ਮਿਲਦੀ ਪਈ, ਮੈਮ ਅਸੀਂ ਹੁਣ ਇੱਥੇ ਕੀ ਕਰੀਏ, ਸਾਡਾ ਨਾ ਮੇਰਾ ਦੋਸਤ ਦੂਸਰੇ ਉੱਥੇ ਸਿਟੀ 'ਚ ਬੈਠਾ, ਉਹ ਕਹਿੰਦਾ ਇੱਥੇ ਜੋਬ ਓਪਰਚੁਨਿਟੀ ਬੜੀ ਅੱਛੀ, ਤੁਸੀਂ ਇਹ ਗਲਤ ਕਾਲਜ 'ਚ ਭੇਜਤਾ, ਸਾਨੂੰ ਉਸ ਕਾਲਜ 'ਚ ਭੇਜਣਾ ਸੀ। ਪਹਿਲੀ ਗੱਲ ਤਾਂ ਉੱਥੇ ਇੱਕ ਸੀਟ ਨਹੀਂ ਮਿਲੀ, ਸੈਕੰਡਲੀ ਗੱਲ, ਦੂਸਰੀ ਗੱਲ ਜੇ ਤੁਸੀਂ ਗੱਲਾਂ ਹੀ ਕਰਨੀਆਂ ਸੀ, ਤੁਸੀਂ ਇੱਕ ਤਾਂ ਜਾਣ ਤੋਂ ਪਹਿਲਾਂ ਆਪਣੇ ਫਰੈਂਡਸ ਨਾਲ ਕਰ ਲਓ, ਇੱਕ ਦੋ ਸਮੈਸਟਰ ਡਿਲੇ ਕਰ ਲਓ। ਦੂਸਰਾ ਪੇਰੈਂਟਸ ਨੂੰ ਵੀ ਇਹ ਐਡਵਾਈਸ ਹੈ, ਡੋਂਟ ਪ੍ਰੈਸ਼ਰਾਈਜ਼ ਦੈਮ, ਉਹਨਾਂ ਨੂੰ ਕਹੋ ਕਿ ਆਪਣੀ ਪੜ੍ਹਾਈ 'ਤੇ ਪਹਿਲਾਂ ਹੋਲਡ ਰੱਖਣ, ਉਸ ਤੋਂ ਬਾਅਦ ਨਾਲ ਨਾਲ ਸਟੱਡੀ ਆਪਣਾ ਜੋਬ ਕਰੀ ਜਾਣ, ਔਰ ਸਵਾ ਸਾਲ ਦਾ ਕੋਰਸ ਕਰਕੇ ਤਾਂ ਫਿਰ ਉਹ ਚਾਹੇ ਡਬਲ ਜੋਬ ਕਰਨ, ਫਿਰ ਕੋਈ ਦਿੱਕਤ। ਹਾਂਜੀ ਜੀ, ਇੱਕ ਡਾਕਟਰ ਸਾਹਿਬ, ਕੁਛ ਬੱਚਿਆਂ ਨੇ ਉੱਥੋਂ ਬਾਈਟਸ ਭੇਜੀਆਂ, ਤੁਸੀਂ ਜਾਣਦੇ ਹੋ ਕਿ ਪਾਈਨਰ ਬਾਰੇ, ਉਹ ਥੋੜ੍ਹਾ ਜਿਹਾ ਨਸ਼ਰ ਕਰ ਰਹੇ ਹਾਂ, 2 ਮਿੰਟ ਦੀ ਬਾਈਟ ਹੈ। ਉਸ ਤੋਂ ਬਾਅਦ ਇੱਕ ਬੜਾ ਇੰਪੋਰਟੈਂਟ ਸਵਾਲ ਹੈ ਕਿ ਜਦੋਂ ਵਿਦਿਆਰਥੀ 1 ਸਾਲ ਦੀ ਪੜ੍ਹਾਈ ਕਰ ਲੈਂਦਾ, ਵਿੱਚ ਬ੍ਰੇਕ ਆ ਜਾਂਦਾ ਹੈਗਾ, ਦੂਜੇ ਦੀ ਅਗਲੀ ਤਿਆਰੀ ਕਰਦਾ ਹੁੰਦਾ, ਮੇਰੇ ਕੋਲ PG ਵਾਲੇ ਬਸ ਗ੍ਰੈਜੂਏਸ਼ਨ ਜਿਨ੍ਹਾਂ ਨੇ ਕੀਤੀ ਹੁੰਦੀ ਉਹਨਾਂ ਲਈ ਜ਼ਿਆਦਾ ਵੱਡੀ ਸਮੱਸਿਆ ਆਉਂਦੀ ਹੈ, ਜਦੋਂ ਦੂਸਰਾ ਸਾਲ ਤੁਸੀਂ ਲੈਣਾ ਹੈਗਾ, ਉਹਦੇ ਬ੍ਰੇਕ ਦੇ ਦੌਰਾਨ ਕਾਫੀ ਕੰਪਲੀਕੇਸ਼ਨਸ, ਕਾਫੀ ਕੁਐਸਚਨ ਹੁੰਦੇ, ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ ਕੁਛ ਬਾਈਟਸ ਤੋਂ ਬਾਅਦ। ਹਾਈ, ਦਿਸ ਇਜ਼ ਰੁਪਿੰਦਰ ਕੌਰ ਐਂਡ ਆਈ ਬਿਲੋਂਗਸ ਟੂ ਮਹੇਸ਼ਪੁਰਾ, ਇਟਸ ਨੀਅਰ ਬਾਈ ਕਮਾਨਾ ਇਨ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ। ਟੂਡੇ ਆਈ ਗੈਟ ਮਾਈ ਵੀਜ਼ਾ ਫਰੋਮ ਦੀ ਫੋਰ ਦੀ ਕੈਨੇਡਾ ਐਂਡ ਵਿਦ ਦ ਹੈਲਪ ਆਫ ਪਾਇਨਰ ਇਮੀਗ੍ਰੇਸ਼ਨ ਮੋਹਾਲੀ। ਸੋ ਆਈ ਵਾਂਟ ਟੂ tell you guys that this consultants are very friendly and they provide all the services that you need for abroad, and they will provide all the necessary information. So this is my passport with the visa. Hello friends, myself Kulvinder Kaur Sandhu, and I have done my Bachelor of Arts. After then I have done my IELTS and score 7 band, not less than 6.
but having so much good scores, I consulted with so many immigrations, but I was not satisfied with anyone. And when of my friend who got a visa, who got student visa from Canada, from the final immigration, he advised me this immigration. And when I came there and met Mr. Garg, he advised me supply chain management according to my need and according to my subjects. I felt a little bit satisfaction. Then he told me the whole process and subjects and the course and the facilities available in university and city. Then I was totally satisfied and applied for the Canada. In 30 or 40 days, I got my Canada visa. That's now in my hands. And I'm very thankful to all the members of Pioneer Immigration. Thank you so much. Hi everyone, my name is Mandeep Kaur. I belong to Sri Machiwara Sahib. I just passed out from my plus two examination and got a very good score. And I come to this Pioneer Immigration as recommended by my friends and my relatives. This is a very good place and the staff here is very healthy and very friendly. They are very cooperative. I got a lot of support from here. And I applied for KPU Surrey and I got the offer letter and now I got the visa. And this is my visa, and I'm very happy. I just want to thank Dr. Ravi Garg sir, who is very supportive and who made my dream come true, and all the staff of this place. Hello, dosto. Mera naam Babu Mahajan hai. Main 2012 da pass out hega Punjab University to. Main bahar padhan da ichhuk siga. Te mainu mere papa de colleague si jinna ne Pioneer Immigration ਰਿਕਮੈਂਡ ਕੀਤਾ ਕਿ ਮੈਂ ਉਹਨਾਂ ਤੋਂ ਅਪਲਾਈ ਕਰਾਂ। ਡਾਕਟਰ ਰਵੀ ਗਰਗ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਪੂਰੇ ਵੀਜ਼ਾ ਪ੍ਰੋਸੈਸ ਲਈ, ਅਤੇ ਅੱਜ ਮੇਰਾ ਵੀਜ਼ਾ ਅਪਰੂਵ ਹੋ ਗਿਆ ਹੈ। ਮੈਂ ਕੋਸਟੋਗਾ ਕੋਲਜ ਵਿੱਚ ਪ੍ਰੋਜੈਕਟ ਮੈਨੇਜਮੈਂਟ ਦਾ ਕੋਰਸ ਕਰਨ ਲਈ ਜਾ ਰਿਹਾ, ਅਤੇ ਮੈਂ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਫਰੈਂਡਸ ਨੂੰ ਇਹੀ ਪਾਇਓਨੀਅਰ ਇਮੀਗ੍ਰੇਸ਼ਨ ਰਿਕਮੈਂਡ ਕਰਨਾ ਜੇ ਉਹ ਬਾਹਰ ਪੜ੍ਹਨ ਦੇ ਇੱਛੁਕ ਹੈਗੇ ਹੈ। ਗੁੱਡ ਮਾਰਨਿੰਗ, ਮਾਈ ਨੇਮ ਇਜ਼ ਯਾਦਵਿੰਦਰ ਸਿੰਘ, ਆਈ ਐਮ ਫਰੋਮ ਦੂਰੀ ਐਂਡ ਡਿਸਟ੍ਰਿਕਟ ਸੰਗਰੂਰ। ਆਈ ਹੈਵ ਅਪਲਾਈਡ ਫੋਰ ਸਟੱਡੀ ਵੀਜ਼ਾ 2 months ਬੈਕ and I visited Pioneer Immigration for this service, and the service was quite good, and now I have the visa in my hand, and now I'm going to the Lambton College in Toronto for my further studies, and the facility was quite good, and I think everyone should visit for a single, should do a single visit if they want to go for abroad and want to study and want to fulfill their dreams. ਥੈਂਕ ਯੂ। ਸਵਾਗਤ ਜੀ ਇੱਕ ਵਾਰੀ ਫਿਰ ਤੁਹਾਡਾ। ਜਿਹੜਾ ਸਮਾਂ ਥੋੜ੍ਹਾ 1.5 ਮਿੰਟ ਬਚਿਆ ਸਾਡੇ ਕੋਲ, ਜਿਹੜਾ ਬੱਚਾ ਜਾਂਦਾ ਇੱਕ ਸਾਲ ਦੇ ਕੋਰਸ 'ਤੇ ਉਹਨੂੰ ਫਿਰ ਦੂਜੇ ਸਾਲ ਦਾ ਮਜਬੂਰੀ ਬਸ ਕੋਰਸ ਕਰਨਾ ਪੈਂਦਾ, ਉਹ ਜਿਹੜਾ ਗੈਪ ਹੈ 2 ਮਹੀਨੇ ਦਾ, 3 ਦਾ 4 ਦਾ 5 ਦਾ, ਉਹਦੇ ਵਿੱਚ ਕੀ ਰਾਈਟਸ ਨੇ, ਕੀ ਉਹ ਕੰਮ ਕਰ ਸਕਦਾ ਹੈ ਨਹੀਂ ਕਰ ਸਕਦਾ, ਉਹਨੂੰ ਗੈਪ ਦੇ ਵਿੱਚ ਕੀ ਧਿਆਨ ਦੇਣ ਦੀਆਂ ਰੱਖਣ ਦੀਆਂ ਗੱਲਾਂ? ਸੰਤੋਖ ਸਾਹਿਬ, ਇਹ ਬੜਾ ਕਨਫਿਊਜ਼ਨ ਰਹੀ ਕੁਛ ਚਿਰ ਤੱਕ, ਔਰ ਬੱਚੇ ਬੜੇ ਕਨਫਿਊਜ਼ ਸੀਗੇ ਕਿ ਇੱਕ ਸਾਲ ਇਹ ਹੈ ਕਿ ਖਾਸ ਤੌਰ 'ਤੇ ਗ੍ਰੈਜੂਏਟਸ ਬੱਚਿਆਂ ਨੂੰ ਜ਼ਿਆਦਾਤਰ ਕਾਲਜਾਂ ਦੇ ਵਿੱਚ ਪੋਸਟ ਗ੍ਰੈਜੂਏਟ ਪ੍ਰੋਗਰਾਮ 1 ਸਾਲ ਦੇ ਮਿਲਦੇ ਨੇ ਜ਼ਿਆਦਾਤਰ ਪ੍ਰੋਗਰਾਮ। ਪੋਸਟ ਸੈਕੰਡਰੀ ਪ੍ਰੋਗਰਾਮ ਆਲਰੇਡੀ ਬੱਚੇ 2 ਸਾਲ ਦੇ ਲੈ ਕੇ ਜਾਂਦੇ ਨੇ, ਲੇਕਿਨ 1 ਸਾਲ ਦਾ ਵੀ ਲਿਆ, ਤਦ ਵੀ 1 ਸਾਲ ਦਾ ਹੋਰ ਲੈਣਾ ਚਾਹੀਦਾ ਤਾਂ ਕਿ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਜੇ। ਔਰ ਜਿਹੜੇ ਬੱਚੇ ਗ੍ਰੈਜੂਏਸ਼ਨ ਤੋਂ ਬਾਅਦ ਵੀ 1 ਸਾਲ ਦਾ ਕੋਰਸ ਲੈਂਦੇ, ਉਹਨਾਂ ਨੂੰ ਵੀ 1 ਸਾਲ ਦਾ ਕੋਰਸ ਹੋਰ ਕਰਨਾ ਚਾਹੀਦਾ। ਇਸੇ ਕਾਰਨ ਕਰਕੇ, ਇਸ ਰੂਲ 1+1 ਦੇ ਰੂਲ ਦੇ ਕਾਰਨ ਹੀ ਜਿਹੜੇ ਬੱਚੇ ਉੱਥੇ 1 ਸਾਲ ਦਾ ਕੋਰਸ ਲੈ ਕੇ ਜਾਂਦੇ ਨੇ, ਹੋਰ 1 ਸਾਲ ਦਾ ਕਰਨਾ ਚਾਹੁੰਦੇ ਨੇ,
ਉਹ ਬੱਚੇ ਆ ਜਿਹੜੇ ਹੈ ਉਹ ਗੈਪ ਦੇ ਸਕਦੇ ਆ ਕਿ ਨਹੀਂ ਦੇ ਸਕਦੇ, ਔਰ ਗੈਪ ਅਗਰ ਦੇ ਦਿੱਤਾ ਤੇ ਕੋਈ ਦਿੱਕਤ ਨਾ ਆਵੇ, ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣ ਦੇ ਵਿੱਚ ਦਿੱਕਤ ਨਾ ਆਵੇ, ਉਸ 3 ਮਹੀਨੇ 4 ਮਹੀਨੇ ਦੇ ਜਿਹੜਾ ਗੈਪ ਹੈਗਾ ਇੱਕ ਸਮੈਸਟਰ ਦਾ, ਉਹਦੇ ਵਿੱਚ ਕੰਮ ਕਰ ਸਕਦੇ ਹਾਂ ਕਿ ਨਹੀਂ, ਇਹ ਸਾਰੀਆਂ ਕਨਫਿਊਜ਼ਨਾਂ ਸੀਗੀਆਂ। ਅਤੇ ਅੰਬੈਸੀ ਨੇ ਖਾਸ ਤੌਰ 'ਤੇ ਅੰਬੈਸੀ ਦੀ ਵੈਬਸਾਈਟ 'ਤੇ ਇਹ ਆਪਾਂ ਹੁਣ ਰੂਲ ਪੜ੍ਹ ਸਕਦੇ ਹੈਗੇ ਹਾਂ, ਨਵਾਂ ਰੂਲ ਆ ਗਿਆ ਹੈਗਾ ਕਿ ਉਹਦੇ ਵਿੱਚ ਗੈਪ ਲੈ ਸਕਦੇ ਆ ਬੱਚੇ, ਕੋਈ ਪ੍ਰੋਬਲਮ ਨਹੀਂ ਹੈ। 150 ਡੇਜ਼ ਤੱਕ ਦਾ ਵੀ ਜਿਹੜਾ ਹੈ ਗੈਪ ਲੈ ਸਕਦੇ ਹੈਗੇ ਆ, ਔਰ ਉਸ ਟਾਈਮ ਦੇ ਵਿੱਚ ਬੱਚੇ ਕੰਮ ਵੀ ਕਰ ਸਕਦੇ ਆ। ਉਹਦਾ ਥੋੜ੍ਹਾ ਜਿਹਾ ਰੂਲ ਜਿਹੜਾ ਹੈਗਾ ਥੋੜ੍ਹੀ ਜ਼ਿਆਦਾ ਡਿਟੇਲ ਹੀ ਜਾਂਦਾ, ਕੁਛ ਸਮਾਂ ਜਦੋਂ ਤੱਕ ਐਕਚੁਅਲੀ ਬੱਚੇ ਦਾ ਫਸਟ ਸਮੈਸਟਰ, ਫਸਟ ਜਿਹੜਾ ਕੋਰਸ 1 ਸਾਲ ਦਾ ਸੀਗਾ, ਉਦੋਂ ਤੱਕ ਡਿਕਲੇਅਰ ਨਹੀਂ ਹੋ ਜਾਂਦਾ ਕਿ ਤੁਸੀਂ ਪਾਸ ਹੋ ਗਏ ਹੋ। ਈਮੇਲ 'ਤੇ ਆ ਜਾਵੇ ਭਾਵੇਂ ਟਰਾਂਸਕ੍ਰਿਪਟ ਮਿਲ ਜਾਵੇ, ਜਦੋਂ ਤੱਕ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਪਾਸ ਹੋ ਗਿਆ, ਉਦੋਂ ਤੱਕ ਉਹ ਪਾਰਟ ਟਾਈਮ ਜਿਹੜਾ ਹੈ ਜੋਬ ਕਰ ਸਕਦਾ, ਫੁੱਲ ਟਾਈਮ ਨਹੀਂ ਕਰ ਸਕਦਾ। ਜਿਸ ਦਿਨ ਉਹਨੂੰ ਈਮੇਲ ਵਗੈਰਾ ਆ ਗਈ, ਕੋਈ ਇਸ ਤਰ੍ਹਾਂ ਦਾ ਪਰੂਫ ਆ ਗਿਆ ਕਿ ਪਾਸ ਹੋ ਗਿਆ ਬੱਚਾ, ਅਤੇ ਨੈਚੁਰਲੀ ਉਹਨੇ ਆਲਰੇਡੀ ਜਿਹੜਾ ਹੈ ਸੈਕਿੰਡ 1 ਈਅਰ ਪ੍ਰੋਗਰਾਮ ਵਾਸਤੇ ਅਪਲਾਈ ਕੀਤਾ ਹੋਇਆ ਹੈਗਾ, ਅਤੇ ਉਹ ਜਿਹੜਾ ਹੈ ਡਿਕਲੇਅਰ, ਉਹਦਾ ਜਿਹੜਾ ਹੈ ਰਿਜ਼ਲਟ ਡਿਕਲੇਅਰ ਹੋਣ ਤੋਂ ਬਾਅਦ ਫੁੱਲ ਟਾਈਮ ਜੋਬ ਕਰ ਸਕਦਾ, ਜਦੋਂ ਤੱਕ ਉਹ ਨੈਕਸਟ ਜਿਹੜਾ ਹੈ 1 ਈਅਰ ਕੋਰਸ ਜਿਹੜਾ ਜੁਆਇਨ ਨਹੀਂ ਕਰ ਲੈਂਦਾ। ਸੋ ਉਹ ਗੈਪ ਵੀ ਦੇ ਸਕਦਾ ਔਰ ਵਰਕ ਵੀ ਕਰ ਸਕਦਾ ਹੈਗਾ, ਔਰ ਸੈਕਿੰਡ 1 ਈਅਰ ਪ੍ਰੋਗਰਾਮ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਥੋੜ੍ਹਾ ਧਿਆਨ, ਇੱਕ ਧਿਆਨ ਵਾਲੀ ਗੱਲ ਇਹ ਹੈਗੀ ਹੈ ਕਿ ਜਿਹੜੇ ਇਹ ਸੈਕਿੰਡ 1 ਈਅਰ ਪ੍ਰੋਗਰਾਮ ਹੈ ਨਾ ਜੀ, ਇਹ ਬੜੇ ਜਲਦੀ ਫੁੱਲ ਹੋ ਜਾਂਦੇ ਨੇ, ਅਤੇ ਜ਼ਿਆਦਾਤਰ ਸਟੂਡੈਂਟ ਨੂੰ ਮੇਰੀ ਇਹ ਜਿਹੜੀ ਮੇਰੀ ਸਲਾਹ ਹੈਗੀ ਕਿ ਜਦੋਂ ਤੁਹਾਡਾ ਪਹਿਲੇ ਸਾਲ ਦਾ ਵੀਜ਼ਾ ਲੱਗਦਾ, ਪਹਿਲੇ ਕੋਰਸ ਦਾ ਵੀਜ਼ਾ ਲੱਗਦਾ, ਉਦੋਂ ਹੀ ਨਾਲ ਹੀ ਸ਼ੁਰੂ ਦੇ ਵਿੱਚ ਵੇਟ ਨਾ ਕਰੋ ਕਿ ਪਹਿਲੇ ਸਾਲ ਵਾਲਾ ਕੋਰਸ ਖਤਮ ਹੋਏਗਾ ਫਿਰ ਅਪਲਾਈ ਕਰੋਗੇ, ਉਦੋਂ ਨੂੰ ਸੀਟਾਂ ਨਹੀਂ ਮਿਲਦੀਆਂ, ਅੱਜ ਕੱਲ੍ਹ ਬਹੁਤ ਰਸ਼ ਚੱਲਦਾ ਪਿਆ। ਜਿੱਦਣ ਵੀਜ਼ਾ ਲੱਗੇ ਨਾਲ ਦੀ ਨਾਲ ਹੀ ਜਿਹੜਾ ਸੈਕਿੰਡ 1 ਈਅਰ ਪ੍ਰੋਗਰਾਮ ਵਾਸਤੇ ਅਪਲਾਈ ਕਰ। ਥੈਂਕ ਯੂ ਡਾਕਟਰ ਸਾਹਿਬ। 31 ਮਈ ਨੂੰ ਬਰਨਾਲਾ ਔਰ 1 ਜੂਨ ਨੂੰ ਬਠਿੰਡਾ, 2 ਨੂੰ ਪਟਿਆਲਾ ਇਹ ਸੈਮੀਨਾਰ ਔਰਗਨਾਈਜ਼ ਕੀਤੇ ਜਾ ਰਹੇ ਨੇ, ਲਗਾਤਾਰ ਚੱਲ ਰਹੇ ਨੇ। ਕੁਛ ਪਿਛਲੇ 5-7 ਦਿਨ ਦੇ ਵਿੱਚ ਸੈਮੀਨਾਰ ਜਿਹੜੇ ਹੋ ਚੁੱਕੇ ਨੇ। ਜੇ ਤੁਸੀਂ ਬਰਨਾਲਾ, ਬਠਿੰਡਾ ਜਾਂ ਪਟਿਆਲਾ ਦੇ ਨੇੜਲੇ ਕਿਸੇ ਸ਼ਹਿਰ ਜਾਂ ਪਿੰਡ ਦੇ ਵਿੱਚ ਰਹਿੰਦੇ ਹੋ, ਕਸਬੇ 'ਚ ਰਹਿੰਦੇ ਹੋ, ਤੁਸੀਂ ਇਹਨਾਂ ਸ਼ਹਿਰਾਂ ਦੇ ਵਿੱਚ ਜਾ ਕੇ ਆਪਣੀ ਅਸੈਸਮੈਂਟ ਹੈਗੀ ਹੈ ਸੈਪਟੈਂਬਰ ਜਾਂ ਜਨਵਰੀ ਲਈ ਕਰਵਾ ਸਕਦੇ ਹੋ। ਡਾਕਟਰ ਸਾਹਿਬ ਸਟੂਡੀਓ ਦੇ ਵਿੱਚ ਆਉਣ ਲਈ ਤੁਹਾਡਾ ਧੰਨਵਾਦ, ਮੈਨੂੰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਅਗਲੇ ਹਫ਼ਤੇ ਜੀ, ਖੁਸ਼ਖਬਰੀ ਹੈਗੀ ਹੈ ਕਿ ਚੰਡੀਗੜ੍ਹ ਆਫਿਸ ਸ਼ੁਰੂ ਹੋ ਗਿਆ, ਕਈ ਮਹੀਨੇ ਹੋ ਗਏ ਨੇ ਆਲਰੇਡੀ, ਹਰ ਵੈਨਸਡੇ ਹੁਣ ਕਿਉਂਕਿ ਸੈਮੀਨਾਰ ਮੁੱਕਣ ਵਾਲੇ ਨੇ, ਔਰ ਉਸ ਤੋਂ ਬਾਅਦ ਮੈਂ ਸਾਰੇ ਆਫਿਸਿਸ ਜਿਹੜੇ ਨੇ, ਹੈੱਡ ਆਫਿਸ ਜਿਹੜਾ ਹੁਣ ਚੰਡੀਗੜ੍ਹ ਦੇ ਵਿੱਚ ਹੈਗਾ, ਬ੍ਰਾਂਚ ਆਫਿਸਿਸ ਮੋਹਾਲੀ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ, ਬਠਿੰਡਾ ਦੇ ਵਿੱਚ ਹੈਗੇ ਨੇ, ਸਾਰੇ ਆਫਿਸਿਸ ਵਿੱਚ ਵਿਜਿਟ ਕਰਿਆ ਕਰੂੰਗਾ, ਸਟੂਡੈਂਟ ਨੂੰ, ਪੇਰੈਂਟ ਨੂੰ ਮਿਲਿਆ ਕਰੂੰਗਾ। ਉਹਦੇ ਡਿਟੇਲਸ ਵਾਸਤੇ 70613 ਜਿਹੜਾ ਹੈ ਨੰਬਰ ਸਕਰੀਨ 'ਤੇ ਚੱਲ ਰਿਹਾ, ਉਹਦੇ 'ਤੇ ਕਾਲ ਕਰ ਲਓ। ਹਰ ਵੈਡਨਸਡੇ ਚੰਡੀਗੜ੍ਹ ਆਫਿਸ ਦੇ ਵਿੱਚ ਮੈਂ ਮਿਲੂੰਗਾ ਸਟੂਡੈਂਟਸ ਨੂੰ, ਵੈਲਕਮ। ਥੈਂਕ ਯੂ ਡਾਕਟਰ ਸਾਹਿਬ, ਔਰ ਅੱਜ ਦਾ ਸ਼ੋਅ ਇੱਥੇ ਖਤਮ ਕਰ, ਆਪਣੇ ਦੋਸਤ ਰਣਵੀਰ ਸਿੰਘ ਨੂੰ ਅੱਗੇ ਦੇ, ਧੰਨਵਾਦ, ਸਤਿ ਸ਼੍ਰੀ ਅਕਾਲ।